ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਐਕਸਾਈਟਿਡ ਹਾਂ ਆਈ ਟੋਲਡ ਯੂ ਔਨ ਫੇਸਬੁੱਕ ਪੇਜ ਆਲਸੋ ਐਂਡ ਮੈਂ ਹੁਣ ਸਾਰਿਆਂ ਨੂੰ ਦੱਸ ਰਹੀ ਹਾਂ ਜਿਹੜੇ ਕਿ ਫੇਸਬੁੱਕ 'ਤੇ ਨਹੀਂ ਜਾਂਦੇ ਮੈਂ ਅਗੇਨ ਇੱਕ ਰਿਕੁਐਸਟ ਹੈ ਫੇਸਬੁੱਕ ਪੇਜ ਨੂੰ ਜਸ ਗੱਲਬਾਤ ਦੇ ਜ਼ਰੂਰ ਜੁਆਇਨ ਕਰੋ ਤਾਂ ਕਿ ਅਸੀਂ ਇਮੀਡੀਏਟਲੀ ਤੁਹਾਨੂੰ ਹਰ ਚੀਜ਼ ਅਪਡੇਟ ਕਰਦੇ ਰਹੀਏ ਪਰ ਲੈਟ ਮੀ ਸ਼ੇਅਰ ਦੈਟ ਵਾਈ ਆਈ ਐਮ ਐਕਸਾਈਟਿਡ ਬਿਕੋਜ਼ ਅਸੀਂ ਡਾਕਟਰ ਨਵਦੀਪ ਸ਼ਰਮਾ ਐਂਡ ਉਹਨਾਂ ਦੇ ਮਿਸਿਸ ਡਾਕਟਰ ਮੋਨਿਕਾ ਸ਼ਰਮਾ ਦੇ ਨਾਲ ਇੱਥੇ ਬੈਠੇ ਹੋਏ ਹਾਂ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਡਾਕਟਰ ਸ਼ਰਮਾ ਐਂਡ ਥੈਂਕ ਯੂ ਫੋਰ ਬ੍ਰਿੰਗਿੰਗ ਮੋਨਿਕਾ ਸ਼ੀ ਇਜ਼ ਅ ਡਾਕਟਰ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਦੇ ਆਰ ਬਲੈਸਡ ਕਿ ਦੋਨੋਂ ਸੇਮ ਲਾਈਨ 'ਚ ਨੇ ਐਂਡ ਯੂ ਨੋ ਦੇ ਬੋਥ ਆਰ ਫਰੋਮ ਆਯੁਰਵੇਦਾ ਐਂਡ ਦੇ ਆਰ ਸਪੈਸ਼ਲਿਸਟ ਇਨ ਦੈਟ ਸੋ ਥੈਂਕ ਯੂ ਮੋਨਿਕਾ ਦੈਟ ਯੂ ਜੁਆਇਨਡ ਅਸ ਸੋ ਵੀ ਰੀਅਲੀ ਐਕਸਾਈਟਿਡ ਕਿ ਅਸੀਂ ਤੁਸੀਂ ਨਾਲ ਇੰਨਾ ਟਾਈਮ ਕੱਢਿਆ ਸਾਡੇ ਵਾਸਤੇ ਇੰਡੀਆ ਤੋਂ ਤੁਹਾਡਾ ਸੈਕਿੰਡ ਟ੍ਰਿਪ ਲੱਗ ਗਿਆ ਜਲਦੀ ਜਲਦੀ ਐਂਡ ਦਿਸ ਚਾਂਸ ਹੈਜ਼ ਬਿਨ ਗਿਵਨ ਟੂ ਅਸ ਸੋ ਮੈਂ ਸਾਰਿਆਂ ਨੂੰ ਕਹਿ ਦਾਂ ਕਿ ਜ਼ਰੂਰ ਤੁਸੀਂ ਲਗਾਤਾਰ ਆਪਣੇ ਕੁਐਸਚਨਸ ਵੀ ਰੈਡੀ ਰੱਖੋ ਡਾਕਟਰ ਸਾਹਿਬ 14th, 15th ਨੂੰ ਨਿਊਯਾਰਕ 'ਚ ਅਵੇਲੇਬਲ ਨੇ ਸੋ ਸ਼ੋਅ ਤੋਂ ਬਾਅਦ ਵੀ ਤੁਸੀਂ ਕੰਟੈਕਟ ਰੱਖ ਸਕਦੇ ਹੋ ਅਸੀਂ ਨੰਬਰਸ ਤੁਹਾਨੂੰ ਦੇ ਰਹੇ ਹਾਂ ਸਰ ਦੇ ਨਿਊਯਾਰਕ ਦੇ ਵੀ ਦੇ ਰਹੇ ਹਾਂ ਕੈਲੀਫੋਰਨੀਆ ਦੇ ਵੀ ਦੇ ਰਹੇ ਹਾਂ ਕਿਉਂਕਿ ਬਾਅਦ ਵਿੱਚ ਦੋ ਦਿਨਾਂ ਬਾਅਦ 17th, 18th ਨੂੰ ਇਹ ਕੈਲੀਫੋਰਨੀਆ 'ਚ ਹੋਣਗੇ ਸੋ ਦੇ ਹੀਲ ਬੀ ਅਵੇਲੇਬਲ ਇਨ ਯੂ ਐਸ ਫੋਰ 4 ਡੇਜ਼ ਐਂਡ ਮੇਕ ਦ ਬੈਸਟ ਆਫ ਇਟ ਐਂਡ ਹੁਣ ਇਸ ਘੰਟੇ ਵਾਸਤੇ ਆਪਣੇ ਕੁਐਸਚਨਸ ਤਿਆਰ ਰੱਖੋ ਔਰ ਮੈਨੂੰ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਮੈਨੂੰ ਬਹੁਤ ਅੱਛਾ ਫੀਡਬੈਕ ਮਿਲਿਆ ਲਾਸਟ ਟਾਈਮ ਜਦੋਂ ਅਸੀਂ ਇਕੱਠੇ ਬੈਠੇ ਹਾਂ ਅਤੇ ਤੁਸੀਂ ਜੋ ਵੀ ਚੀਜ਼ਾਂ ਕੀਤੀਆਂ ਸੀ ਮੈਨੂੰ ਯੂ ਨੋ ਵਿਊਅਰਸ ਦੱਸਦੇ ਰਹਿੰਦੇ ਨੇ ਦੇ ਵਾਜ਼ ਅ ਕੁਐਸਚਨ ਇਫ ਯੂ ਰਿਮੈਂਬਰ ਕਿ ਉਹ ਹਾਈਪੋਥਾਇਰਾਇਡਿਜ਼ਮ ਬਾਰੇ ਦੱਸ ਰਹੇ ਸੀਗੇ ਉਹਨਾਂ ਨੇ ਬਿਲਕੁਲ ਰੈਗੂਲਰਲੀ ਤੁਹਾਡੀ ਦਵਾਈ ਫੋਲੋ ਕੀਤੀ 1 ਮੰਥ ਉਹਨਾਂ ਨੇ ਦਿੱਤੀ ਕਹਿੰਦੇ ਮੇਰੇ ਐਨਰਜੀ ਲੈਵਲ 'ਚ ਇੰਨਾ ਫਰਕ ਹੈ ਕਿ ਬੜਾ ਬਹੁਤ ਜ਼ਿਆਦਾ ਕਿ ਉਹ ਬਹੁਤ ਜ਼ਿਆਦਾ ਐਨਰਜੀ ਲੋ ਫੀਲ ਕਰ ਰਹੇ ਸੀ ਕਿ ਫਿਰ ਹੁਣ ਉਸ ਦਵਾਈ ਤੋਂ ਬਾਅਦ ਆਫਟਰ 1 ਮੰਥ ਉਹਨਾਂ ਨੇ ਕਾਫੀ ਫੀਲ ਕੀਤਾ ਹੈ ਕਿ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਔਰ ਬੜਾ ਅੱਛਾ ਲੱਗਦਾ ਵਾ ਜਦੋਂ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ ਲੋਕ ਸਾਰੇ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਐਜ਼ ਅ ਫਿਜ਼ੀਸ਼ੀਅਨ ਕਿ ਹਾਂ ਅਗਰ ਆਯੁਰਵੇਦ 'ਚ ਕੁਛ ਅੱਛੀ ਚੀਜ਼ ਦੱਸੀ ਗਈ ਹੈ ਔਰ ਆਪਾਂ ਅੱਗੇ ਸ਼ੇਅਰ ਕਰ ਰਹੇ ਹਾਂ ਔਰ ਅੱਗੇ ਲੋਕ ਜਦੋਂ ਫੋਲੋ ਕਰਦੇ ਨੇ ਇਟ ਗਿਵਸ ਇਮੈਂਸ ਪਲੇਜ਼ਰ ਥੈਂਕਸ ਕਿ ਤੁਸੀਂ ਫੋਲੋ ਕੀਤਾ ਜੀ ਜੀ ਉਹਦੇ ਇਲਾਵਾ ਮੈਨੂੰ ਲੱਗਦਾ ਥੈਂਕ ਯੂ ਸੋ ਮੱਚ ਕਿ ਜਿਹੜੇ ਫੀਡਬੈਕ ਦਿੰਦੇ ਆ ਕਈ ਕਰਦੇ ਵੀ ਹੋਣੇ ਸਾਨੂੰ ਦੱਸਦੇ ਨਹੀਂ ਬਿਲਕੁਲ ਜੀ ਸੋ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਯੂ ਨੋ ਵੀ ਡੂਇੰਗ ਸਮਥਿੰਗ ਗੁੱਡ ਸੋ ਉਹਦੇ ਇਲਾਵਾ ਡਾਕਟਰ ਸਾਹਿਬ ਮੈਨੂੰ ਇਹ ਵੀ ਧਿਆਨ ਆ ਰਿਹਾ ਸੀ ਉਸ ਨਾਲ ਗੱਲ ਕਰਦਿਆਂ ਕਿ ਜਿਵੇਂ ਉਹਨੇ ਵੀ ਕਿਹਾ 1 ਮੰਥ ਲਿਆ ਮੈਂ ਕਿਹਾ ਉਹਨਾਂ ਨੇ ਕਿਹਾ ਸੀਗਾ ਕਿ ਕੰਟੀਨਿਊ ਨਹੀਂ ਰੱਖਣਾ ਦੈਨ ਆਈ ਰਿਮੈਂਬਰਡ ਈਵਨ ਮਾਈ ਬਿਲੀਫ ਸਿਸਟਮ ਬਿਫੋਰ ਟਾਕਿੰਗ ਟੂ ਯੂ ਵਾਜ਼ ਕਿ ਆਯੁਰਵੇਦਾ ਬੜੀ ਗਰਮ ਹੈ ਯੂ ਨੋ ਪਤਾ ਨਹੀਂ ਕੰਟੀਨਿਊ ਰੱਖਣੀ ਚਾਹੀਦੀ ਹੈ ਕਿ ਨਹੀਂ ਸਰੀਰ ਨੂੰ ਕਿੰਨਾ ਕੁ ਇਸ ਤਰ੍ਹਾਂ ਜ਼ਿਆਦਾ ਗਰਮੀ ਨਾ ਹੋ ਜਾਏ ਸੋ ਉਹਦੇ ਬਾਰੇ ਵੀ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਥੋੜ੍ਹੀ ਜਿਹੀ ਸਾਡੇ ਜਿਹੜੇ ਉਹ ਨਾ ਮੈਂ ਦੱਸਣਾ ਵੀ ਚਾਹਾਂਗਾ ਜੀ ਐਕਚੁਅਲੀ ਦੇਖੋ ਇਹ ਬਿਲੀਫ ਕਿ ਆਯੁਰਵੇਦ ਗਰਮ ਹੈ ਡੈਫੀਨੇਟਲੀ ਕੁਛ ਹਰਬਸ ਨੇ ਜਿਹੜੀਆਂ ਗਰਮ ਨੇ ਜਿਸ ਤਰ੍ਹਾਂ ਆਪਾਂ ਸੁੰਢ ਦੀ ਗੱਲ ਕਰਦੇ ਹਾਂ ਸ਼ੁੰਠੀ ਦੀ ਗੱਲ ਕਰਦੇ ਹਾਂ ਸ਼ੁੰਠੀ ਗਰਮ ਹੈ ਕੁਛ ਹਰਬਸ ਹੁੰਦੀਆਂ ਨੇ ਜਿਹੜੀਆਂ ਥੋੜ੍ਹੀਆਂ ਗਰਮ ਨੇ ਲੇਕਿਨ ਅਗਰ ਆਪਾਂ ਗੱਲ ਕਰ ਰਹੇ ਹਾਂ ਜਨਰਲ ਕੰਬੀਨੇਸ਼ਨਸ ਦੀ ਜਿਸ ਤਰ੍ਹਾਂ ਕਿ ਆਪਾਂ ਚਤੁਰਬੀਜ ਦੀ ਗੱਲ ਕੀਤੀ 1 ਮੰਥ ਲੈ ਕੇ 7 ਡੇਜ਼ ਦਾ ਗੈਪ ਫਿਰ ਦੁਬਾਰਾ ਆਪਾਂ 1 ਮੰਥ ਲੈ ਸਕਦੇ ਹਾਂ ਕੰਸਿਸਟੈਂਟਲੀ ਨਹੀਂ ਲੈਣਾ 7 ਦਿਨ ਦਾ ਗੈਪ ਪਾਉਣਾ ਵਾ ਸਿਰਫ ਠੀਕ ਹੈ ਕਿਉਂਕਿ ਆਯੁਰਵੇਦ 'ਚ ਨਾ 2 ਕੈਟਾਗਰੀਜ਼ ਆ ਜਾਂਦੀਆਂ ਨੇ ਇਹ ਚੀਜ਼ਾਂ ਦੀਆਂ 1 ਆਰ ਰਸਾਇਨਾਸ ਹੁਣ ਰਸਾਇਨਾਸ ਜਿਹੜੇ ਨੇ ਰਸਾਇਨਾਜ਼ ਐਸੀ ਚੀਜ਼ ਨੇ ਜਿਹੜੀ ਕਿ ਜਦੋਂ ਵੀ ਆਪਾਂ ਲੈਣੇ ਨੇ ਉਹ ਲਗਾਤਾਰ ਲਿੱਤੇ ਜਾ ਸਕਦੇ ਨੇ ਜਿਸ ਤਰ੍ਹਾਂ ਕਿ ਆਂਵਲਾ ਹੋ ਗਿਆ ਗਿਲੋਏ ਹੋ ਗਿਆ ਅਸ਼ਵਗੰਧਾ ਹੋ ਗਿਆ ਦੇ ਆਰ ਰਸਾਇਨਾਜ਼ ਸੋ ਇਸ ਦਵਾਈ ਦੇ ਵਿੱਚ ਤੁਸੀਂ ਕਲੌਂਜੀ ਜਵੈਣ ਤੇ ਮੇਥਰੇ ਪਾਏ ਸੀ ਬਿਲਕੁਲ ਜੀ ਜਵਾਨੀ ਚੰਦਰਸ਼ੂਰ ਮੇਥੀ ਤੇ ਮੰਗਰਾਇਲ 4 ਚੀਜ਼ਾਂ ਪਾਈਆਂ ਸੀ ਜੀ ਔਰ ਆਪਾਂ 7 ਡੇਜ਼ ਦਾ ਬ੍ਰੇਕ ਦੇਣਾ ਹੈ ਆਫਟਰ ਅ ਮੰਥ ਦੈਨ ਅਗੇਨ ਇਟ ਕੈਨ ਬੀ ਟੇਕਨ ਫੋਰ ਅ ਮੰਥ ਦੈਨ ਅਗੇਨ 7 ਡੇ ਬ੍ਰੇਕ ਇਸ ਤੋਂ ਬਾਅਦ ਚੋਂ ਆਪਾਂ ਆਪਣਾ ਥਾਇਰੋਇਡ ਲੈਵਲ ਚੈੱਕ ਕਰਵਾ ਸਕਦੇ ਹਾਂ ਇਫ ਇਟਸ ਇੰਪਰੂਵਿੰਗ ਵੈਰੀ ਨਾਈਸਲੀ ਫਿਰ ਆਪਾਂ ਇਹਦੀ ਡੋਜ਼ ਟੇਪਰ ਡਾਊਨ ਕਰ ਸਕਦੇ ਹਾਂ ਇਹਨੂੰ ਘਟਾਉਂਦੇ ਘਟਾਉਂਦੇ ਫਿਰ ਆਪਾਂ ਬੰਦ ਕਰਨਾ ਵਾ ਗ੍ਰੈਜੂਅਲੀ ਜੀ 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 ਬਹੁਤ ਵਧੀਆ ਸੋ ਹੋਰ ਵੀ ਜਿਹੜੇ ਮਾਈਗ੍ਰੇਨ ਵਾਸਤੇ ਜਿਸ ਕਿਸੇ ਨੇ ਪੁੱਛਿਆ ਸੀ ਉਹਨਾਂ ਨੇ ਵੀ ਦੱਸਿਆ ਕਿ ਯੂ ਨੋ ਉਹਨਾਂ ਨੇ ਡਿਫਰੈਂਸ ਦੇਖਿਆ ਬਹੁਤ ਕੰਸਿਸਟੈਂਟਲੀ ਸਮਝ ਨਹੀਂ ਆ ਰਹੀ ਸੀ ਉਹਨਾਂ ਨੂੰ ਬਟ ਇਟ ਵਿਚ ਇਜ਼ ਆਲਵੇਜ਼ ਟਰੂ ਯੂ ਨੋ ਥੋੜ੍ਹਾ ਟਾਈਮ ਹੋਇਆ ਹੁੰਦਾ ਤੇ ਯੂ ਰੀਅਲੀ ਡੋਂਟ ਨੋ ਕਿ ਕਿੰਨਾ ਤੁਹਾਡਾ ਬਾਡੀ ਨਾਲੇ ਆਈਸੋਲੇਟ ਨਹੀਂ ਕਰ ਸਕਦੇ ਸੀ ਵੀ ਕਿਸ ਚੀਜ਼ ਕਰਕੇ ਇਹ ਚੀਜ਼ ਹੋ ਰਹੀ ਹੈ ਸੋ ਅਸੀਂ ਐਂਡ ਵਿੱਚ ਮੈਨੋਪੌਜ਼ ਦੇ ਬਾਰੇ ਗੱਲ ਕਰ ਰਹੇ ਸੀ ਸੋ ਆਈ ਐਮ ਸੋ ਗਲੈਡ ਦੈਟ ਡਾਕਟਰ ਮੋਨਿਕਾ ਇਜ਼ ਹੇਅਰ ਹੂ ਇਜ਼ ਅ ਸਪੈਸ਼ਲਿਸਟ ਫਰਟੀਲਿਟੀ ਉਹਦੇ ਵਿੱਚ ਵੀ ਵਿਮਨ ਫਰਟੀਲਿਟੀ ਦੇ ਵਿੱਚ ਵੀ ਤੁਸੀਂ ਸਪੈਸ਼ਲਾਈਜ਼ ਕੀਤਾ ਹੋਇਆ ਸੋ ਡੈਫੀਨੇਟਲੀ ਯੂ ਨੋ ਉਹਦੇ ਬਾਰੇ ਅਸੀਂ ਤੁਹਾਡੇ ਤੋਂ ਜਾਣ ਸਕਦੇ ਹਾਂ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਮੈਂ ਪਰਸਨਲੀ ਉਹਦੇ ਬਾਅਦ ਆਫਟਰ ਸਿਟਿੰਗ ਵਿਦ ਯੂ ਆਯੁਰਵੇਦ ਦੇ ਬਾਰੇ ਜ਼ਿਆਦਾ ਪੜ੍ਹਨਾ ਅਤੇ ਯੂ ਨੋ
kind of research shuru kiti and I'm quite impressed which Nahi, is actually good ji which looks bad kyunki you know we have this old tradition and sada us wal itna zyada dhyan nahi gaya pehle so but thanks to you ke tusi you know sanu introduce kita ayurveda nu dobara normal lokan tak laake jaan ch jus da bada vadhiya yogdan hai ji routine ch main jus te aana wa and I try ki dassya jave lokan nu and when people follow these things it gives real immense pleasure ji bahut vadhiya lagda va and thanks to so jus da ji ਕਿ ਉਹਦੇ ਮਾਧਿਅਮ ਨਾਲ ਆਪਾਂ ਲੋਕਾਂ ਨੂੰ ਦੱਸ ਪਾਉਂਦੇ ਹਾਂ ਦੁਬਾਰਾ ਆਪਣੀ ਇਸ ਟ੍ਰੈਡੀਸ਼ਨਲ ਜਿਹੜੀ ਪੈਥੀ ਹੈ ਇਹਦੇ ਨਾਲ ਦੁਬਾਰਾ ਲੋਕਾਂ ਨੂੰ ਆਪਾਂ ਜੋੜ ਪਾਉਂਦੇ ਹਾਂ ਜੀ 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 ਡਾਕਟਰ ਸਾਹਿਬ ਦੋ ਤਿੰਨ ਚੀਜ਼ਾਂ ਦਿਮਾਗ 'ਚ ਆ ਰਹੀਆਂ ਇੱਕ ਤਾਂ ਲਾਈਫ ਸਟਾਈਲ ਤੁਸੀਂ ਕਿਹਾ ਜਿਵੇਂ ਆਯੁਰਵੈਦਾ ਇਜ਼ ਮੋਰ ਲਾਈਫ ਸਟਾਈਲ ਸੋ ਇਜ਼ ਯੋਗਾ ਇੱਕ ਤਾਂ ਜਾਣਨਾ ਚਾਹਾਂਗੇ ਕਿ ਉਹਦਾ ਰਿਲੇਸ਼ਨਸ਼ਿਪ ਕੀ ਹੈ ਬਟ ਬਿਫੋਰ ਦੈਟ ਮੈਂ ਡਾਕਟਰ ਮੋਨਿਕਾ ਸੋ ਹੈਪੀ ਬਿਕੋਜ਼ ਮੇਰੇ ਕੋਲ ਬੜੇ ਬੰਦੇ ਆਉਂਦੇ ਆ ਜਿਹੜੇ ਕਿ ਹੂ ਆਰ ਵੈਰੀ ਕੰਸਰਨਡ ਅਬਾਊਟ ਦੇਅਰ ਯੂ ਨੋ ਹੈਵਿੰਗ ਕਿਡਸ ਐਂਡ ਈਵਨ ਬਿਫੋਰ ਮੈਰਿਜ they are thinking about ke will it be fine mainu periods theek nahi aa rahe will it be okay mera you know ik jehdi apprehension kudiyan nu hundi hai so tusi zarur mainu dasso ke what will you tell a young girl ke if it is you know vyah nahi hoya hoya par conscious hundi ho kis tarah diya kuch soch sakdi hai ya kar sakdi hai jide karke oh thoda at peace hoye before she knows there is a problem ਦੇਖੋ ਮੈਂ ਪਿਛਲੀ ਵਾਰ ਵੀ ਜਦੋਂ ਲਾਈਵ ਹੋਇਆ ਸੀ ਹਾਂ ਥੋੜ੍ਹਾ ਐਕਸਪਲੇਨ ਕੀਤਾ ਸੀ ਕਿ ਜਿਹੜਾ ਬੇਸਿਕ ਰੀਜ਼ਨ ਕੁੜੀਆਂ ਦੇ ਵਿੱਚ ਰਹਿੰਦਾ ਉਹ ਪੀ ਸੀ ਓ ਡੀ ਜਿਹੜਾ ਅੱਜ ਕੱਲ੍ਹ ਕਿ ਬਹੁਤ ਕਾਮਨ ਹੋਇਆ ਹੋਇਆ ਨਾ ਡਿਊ ਟੂ ਜਿਹੜੀਆਂ ਉਹਨਾਂ ਦੀਆਂ ਡਾਇਟਰੀ ਡੈਫੀਸ਼ੀਐਂਸੀਜ਼ ਨੇ ਉਹਨਾਂ ਕਰਕੇ ਅਤੇ ਇਸ ਵਿੱਚ ਅਗਰ ਅਸੀਂ ਯੋਗਾ ਦੀ ਗੱਲ ਕਰੀਏ ਤਾਂ ਬੈਸਟ ਕਪਾਲ ਭਾਤੀ ਹੀ ਹੈ ਕਿਉਂਕਿ ਬੋਡੀ ਦੇ ਵਿੱਚ ਅਸੀਂ ਆਯੁਰਵੇਦਾ ਦੇ ਹਿਸਾਬ ਨਾਲ ਅਗਰ ਚੱਲਦੇ ਹਾਂ ਤੇ ਬੋਡੀ ਵਿੱਚ ਪਿੱਤ ਦੋਸ਼ ਬਹੁਤ ਘੱਟ ਹੋਇਆ ਹੁੰਦਾ ਹੈ ਔਰ ਕਪਾਲ ਭਾਤੀ ਇੱਕ ਐਸੀ ਯੋਗਾ ਜਿਹੜੀ ਬੋਡੀ ਦੇ ਵਿੱਚ ਪਿੱਤ ਦੋਸ਼ ਨੂੰ ਇਨਕਰੀਜ਼ ਕਰਦੀ ਹੈ ਸੋ ਅਗਰ ਉਹਨਾਂ ਦੀ ਬੋਡੀ ਇਸ ਲਾਇਕ ਹੈ ਕਿ ਉਹ ਡੇਲੀ 15 ਮਿੰਟਸ ਸਵੇਰੇ ਪਹਿਲਾਂ ਇੱਕ ਟਾਈਮ ਸ਼ੁਰੂ ਕਰ ਲੈਣ ਕਪਾਲ ਭਾਤੀ ਕਰ ਸਕਦੀਆਂ ਨੇ ਫਿਰ ਉਹ ਸਵੇਰੇ ਸ਼ਾਮ ਦੋ ਟਾਈਮ ਵੀ ਕਰ ਸਕਦੀਆਂ ਨੇ ਜੀ ਆਈ ਐਮ ਸ਼ੋਰ ਸਲੋਲੀ ਗ੍ਰੈਜੂਅਲੀ ਉਹਨਾਂ ਦੇ ਜਿਹੜੇ ਮੈਂਸਟਰਲ ਇਰੈਗੂਲੈਰਿਟੀਜ਼ ਜਾਂ ਉਹਨਾਂ ਦੇ ਜਿਹੜੀਆਂ ਵੀ ਪ੍ਰੋਬਲਮਸ ਨੇ ਜਾਂ ਲੇਟਰ ਔਨ ਜਿਹੜੀ ਵੱਧ ਕੇ ਇਨਫਰਟੀਲਿਟੀ 'ਚ ਵੀ ਕਨਵਰਟ ਹੋ ਸਕਦੀ ਆ ਉਹ ਵੀ ਸਾਰਾ ਕੁਝ ਚੈੱਕ ਹੋ ਸਕਦਾ ਅਗਰ ਉਹ ਕਪਾਲ ਭਾਤੀ ਇਨ ਰੂਟੀਨ ਕਰਨ ਤੇ ਓ ਵੰਡਰਫੁਲ ਸੋ ਡਾਕਟਰ ਸਾਹਿਬ ਲੱਗਦਾ ਤੁਹਾਨੂੰ ਕਿ ਵੈਸੇ ਮੈਨੂੰ ਲੱਗਦਾ ਵੈਨ ਵੀ ਵਰ ਯੰਗ ਯੰਗ ਇਹ ਜਿਹੜੇ ਇਸ਼ੂਜ਼ ਹੈ ਹਮੇਸ਼ਾ ਤੋਂ ਰਹੇ ਇਟਸ ਨਥਿੰਗ ਨਿਊ ਬਟ ਡੂ ਯੂ ਥਿੰਕ ਇਟ ਹੈਜ਼ ਇਨਕਰੀਜ਼ਡ ਵਿਦ ਦਾ ਜਿਸ ਤਰ੍ਹਾਂ ਡਾਕਟਰ ਮੋਨਿਕਾ ਨੇ ਕਿਹਾ ਕਿ ਕੁੜੀਆਂ ਡਾਇਟ ਡਿਫਰੈਂਟ ਲੈ ਰਹੀਆਂ ਨੇ ਘੱਟ ਖਾ ਰਹੀਆਂ ਨੇ ਇੱਕ ਯੂ ਨੋ ਫਿਜ਼ੀਕਲ ਕੌਂਸ਼ੀਅਸਨੈਸ ਸਾਡੀ ਬੜੀ ਜ਼ਿਆਦਾ ਵਧੀ ਹੋਈ ਹੈ ਸੋ ਉਸ ਚੱਕਰ 'ਚ ਥੋੜ੍ਹਾ ਵਧਿਆ ਐਕਚੁਲੀ ਇਹ ਸਾਰੀ ਦੀ ਸਾਰੀ ਚੀਜ਼ਾਂ ਵਾਯੂ ਨੂੰ ਵਧਾਉਂਦੀਆਂ ਨੇ ਦੇਖੋ ਆਯੁਰਵੇਦ ਵਾਤ ਪਿਤ ਕਫ ਦੀ ਕੌਨਸੈਪਟ ਦੇ ਹਿਸਾਬ ਦੇ ਨਾਲ ਚੱਲਦਾ ਹੋਇਆ ਔਰ ਐਕਸੈਸਿਵ ਡਾਈਟਿੰਗ ਨਾਲ ਔਰ ਟਾਈਮ ਸਿਰ ਨਾ ਸੌਣ ਕਰਕੇ ਬਹੁਤ ਸਟ੍ਰੈਸ ਲੈਣ ਕਰਕੇ ਲਾਈਫ ਸਟਾਈਲ ਖਰਾਬ ਹੋਣ ਕਰਕੇ ਵਾਯੂ ਬਹੁਤ ਵੱਧ ਰਹੀ ਹੈ ਜਦੋਂ ਵਾਯੂ ਵਧੇਗੀ ਤੇ ਨੈਚੁਰਲ ਜੀ ਗੱਲ ਹੈ ਆਯੁਰਵੇਦ ਕਿਉਂਕਿ ਵਾਤ ਪਿੱਤ ਕਫ ਤਿੰਨ ਦੋਸ਼ਾਂ ਦੀ ਗੱਲ ਕਰ ਰਹੇ ਹਾਂ ਇੱਕ ਦੋਸ਼ ਜਦੋਂ ਵੱਧਦਾ ਵੈ ਦੂਜਾ ਦੋਸ਼ ਘਟਣ ਦੇ ਚਾਂਸਿਸ ਬਹੁਤ ਵੱਧ ਜਾਂਦੇ ਨੇ ਫਿਰ ਵਾਯੂ ਜਿਹੜਾ ਵਾ ਜਦੋਂ ਵੱਧਦਾ ਵੈ ਤੇ ਪਿੱਤ ਨੂੰ ਘਟਾ ਦਿੰਦਾ ਵੈ ਇਹ ਜਿਹੜੇ ਸਿੰਪਟਮਸ ਨੇ ਅੱਜ ਦੀ ਡੇਟ 'ਚ ਅਗਰ ਤੁਸੀਂ ਯੰਗ ਫੀਮੇਲਸ ਨੂੰ ਦੇਖਦੇ ਹੋ ਪਹਿਲੇ ਨਾਲੋਂ ਚਿੜਚਿੜਾਪਨ ਵਧਿਆ ਵੈ ਕਿਤੇ ਨਾ ਕਿਤੇ ਇਹ ਵੀ ਵਾਯੂ ਦੇ ਵਧਨ ਕਰਕੇ ਹੀ ਹੈ ਤੇ ਪਿੱਤ ਜਿਹੜਾ ਕਿ ਦੋਸ਼ ਫੀਮੇਲ 'ਚ ਚਾਹੀਦਾ ਹੁਣ ਪਿੱਤ ਕਿਹਦੇ ਨਾਲ ਮਿਲਦਾ ਜੀ ਪਿੱਤ ਮਿਲਦਾ ਵੈ ਅਗਰ ਆਪਾਂ ਸਵੇਰੇ ਸੌ ਕੇ ਉੱਠਣ ਦੀ ਗੱਲ ਕਰੀਏ ਤਾਂ ਟਾਈਮ ਸਿਰ ਉੱਠਣਾ ਅਰਲੀ ਟੂ ਬੈੱਡ ਦੈਨ ਅਗਰ ਆਪਾਂ ਡਾਇਟ ਦੀ ਗੱਲ ਕਰੀਏ ਪੁਰਾਣੇ ਟਾਈਮ 'ਤੇ ਜਿਹੜੀਆਂ ਨਾਨੀਆਂ ਦਾਦੀਆਂ ਸੀ ਅਲਸੀ ਦੀ ਪਿੰਨੀਆਂ ਖਵਾਉਂਦੀਆਂ ਸੀ ਫਲੈਕਸੀਡ ਆਇਲ ਯੂਜ਼ ਕੀਤਾ ਜਾਂਦਾ ਸੀ ਅੱਜ ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਉਹ ਫੀਮੇਲ ਕਹੇਗੀ ਨਾ ਜੀ ਮੈਂ ਅਲਸੀ ਖਾ ਜਾਵਾਂ ਨਾ ਐਂਡ ਦੈਟ ਇਜ਼ ਵਾਈ ਕਿਉਂਕਿ ਪਿੱਤ ਨੂੰ ਵਧਾਉਣ ਵਾਲੀ ਡਾਇਟ ਜਿਹੜੀ ਆ ਆਪਾਂ ਤਿਆਗ ਦਿੱਤੀ ਹੈ ਬਿਲਕੁਲ ਹੀ ਔਰ ਵਾਯੂਵਰਧਕ ਚੀਜ਼ਾਂ ਆਪਾਂ ਖਾ ਰਹੇ ਹਾਂ ਈਵਨ ਜਦੋਂ ਆਪਾਂ ਐਕਸੈਸਿਵ ਸੈਲਡਸ ਵੀ ਲੈਂਦੇ ਹਾਂ ਹਾਲਾਂਕਿ ਸੈਲਡਸ ਚੰਗੇ ਹੁੰਦੇ ਨੇ ਬੋਡੀ ਵਾਸਤੇ ਲੇਕਿਨ ਬਹੁਤ ਸੈਲਡਸ ਖਾ ਰਹੇ ਹਾਂ ਡਾਇਟ ਦੀ ਜਗ੍ਹਾ ਤੇ ਖਾਈ ਸੈਲਡਸ ਜਾ ਰਹੇ ਹਾਂ ਉਹਦੇ ਨਾਲ ਅਲਟੀਮੇਟਲੀ ਕੀ ਹੋਏਗਾ ਵਾਯੂ ਵਧੇਗਾ ਵਾਯੂ ਵਧੇਗਾ ਪਿੱਤ ਘਟੇਗਾ ਔਰ ਜਿਹੜੇ ਪਿੱਤ ਦੇ ਕਰਕੇ ਜਿਹੜੇ ਨੋਰਮਲ ਇੱਕ ਗਾਇਨੇਕੋਲੋਜੀਕਲ ਸਾਈਕਲ ਹੈ ਉਹ ਜਿਹੜਾ ਮੇਨਟੇਨਡ ਹੈ ਉਹਦੇ 'ਚ ਡਿਸਟਰਬੈਂਸਿਸ ਵੀ ਆਉਂਦੀਆਂ ਨੇ ਪੀ ਸੀ ਓਡੀ ਹੋਣ ਦੇ ਚਾਂਸਿਸ ਵੀ ਵੱਧ ਜਾਂਦੇ ਨੇ ਔਰ ਕਪਾਲ ਭਾਤੀ ਬਹੁਤ ਵਧੀਆ ਰੋਲ ਪਲੇ ਕਰਦੀ ਹੈ ਤੁਸੀਂ ਐਕਰੋਨਿਮ ਐਕਰੋਨਿਮਸ ਯੂਜ਼ ਕਰ ਰਹੇ ਹੋ ਵਾਟ ਇਜ਼ ਇਟ ਫॉर ਕੀ ਵੱਜ ਜਾਂਦਾ ਵਾਯੂ ਵੱਜ ਜਾਂਦਾ ਜੀ ਵਾਯੂ ਵੱਜ ਜਾਂਦਾ ਵੈ ਔਰ ਪਿੱਤ ਘਟ ਜਾਂਦਾ ਵੈ ਵਾਤ ਪਿੱਤ ਔਰ ਕਫ ਇਹ ਤਿੰਨ ਬੇਸਿਕ ਦੋਸ਼ਾਸ ਨੇ ਸਾਡੀ ਬੋਡੀ ਨੂੰ ਜਿਹੜੇ ਕਿ ਧਾਰਨ ਕਰਵਾਉਂਦੇ ਨੇ ਹੁਣ ਬੜੀ ਬੜੀ ਲੋਕ ਪੁੱਛਦੇ ਨੇ ਮੈਨੂੰ ਵਾਯੂ ਹੈ ਕੀ ਜੀ ਦਿਖਾਓ ਕਿੱਥੇ ਹੈ ਵਾਯੂ ਪਿੱਤ ਕੀ ਹੈ ਹੁਣ ਅੱਜ ਦੀ ਰੇਟ 'ਚ ਆਪਾਂ ਦੇਖੋ ਜਿਹੜੇ ਨੋਰਮਲ ਲੈਬ ਇਨਵੈਸਟੀਗੇਸ਼ਨਸ ਆਪਾਂ ਕਰਵਾਉਂਦੇ ਹਾਂ ਐਚ ਬੀ ਟੀ ਐਲ ਸੀ ਡੀ ਐਲ ਸੀ ਹੁਣ ਇਹ ਸਾਰੀਆਂ ਦੇ ਸਾਰੀਆਂ ਲੈਬ ਇਨਵੈਸਟੀਗੇਸ਼ਨਸ ਸਾਡੇ ਵਾਸਤੇ ਕਾਮਨ ਹੋ ਗਈਆਂ ਨੇ ਆਪਾਂ ਸੁਣਿਆ ਹੁੰਦਾ ਵਾ ਬਟ ਅਗਰ ਮੈਂ ਕਿਸੇ ਨੂੰ ਕਵਾਂ ਮੈਂ ਐਚ ਬੀ ਦਿਖਾਓ ਜੀ ਆਪਣਾ ਤੁਹਾਡਾ ਐਚ ਬੀ ਕਿੱਥੇ ਹੈ ਦਿਖਾ ਥੋੜ੍ਹਾ ਨਾ ਸਕਦੇ ਨੇ ਲੈਬ ਟੈਸਟ ਦੇ ਉੱਪਰ ਆ ਸਕਦਾ ਵਾ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਏਸ਼ੀਅੰਟ ਸੀ
ਉਹਨਾਂ ਨੇ ਸਾਡੀ ਬਾਡੀ ਦੇ ਸਾਰੇ ਕੈਮੀਕਲਸ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ, ਵਾਯੂ ਗਰੁੱਪ ਆਫ ਕੈਮੀਕਲਸ, ਪਿੱਤ ਗਰੁੱਪ ਆਫ ਕੈਮੀਕਲਸ. ਪਿੱਤ ਸਟੈਂਡਸ ਫੋਰ ਬਾਡੀ ਹਾਰਮੋਨਸ, ਬਾਡੀਜ਼ ਮੈਟਾਬੋਲਿਕ ਫਾਇਰਸ ਐਂਡ ਆਲ. ਪਿੱਤ ਗਰੁੱਪ ਆਫ ਕੈਮੀਕਲਸ ਐਂਡ ਕਫ ਗਰੁੱਪ ਆਫ ਕੈਮੀਕਲਸ, ਇਹ ਤਿੰਨ ਗਰੁੱਪ ਆਫ ਕੈਮੀਕਲ ਸਾਡੀ ਬਾਡੀ ਦੇ ਮੇਨ ਕੈਮੀਕਲਸ ਜਿਹੜੇ ਨੇ ਕਲੱਬ ਕਰਤੇ ਗਏ ਔਰ ਬਾਡੀ ਦੀ ਸਾਰੀ ਡਿਜ਼ੀਜ਼ ਨੂੰ ਇਹਨਾਂ ਕੈਮੀਕਲਸ ਨਾਲ ਜੋੜ ਕੇ ਜਿਹੜਾ ਵਾ ਸਾਨੂੰ ਸਿਖਾ ਦਿੱਤਾ ਗਿਆ. ਦੈਟ ਮੇਕਸ ਅਰ ਵਰਕ ਵੈਰੀ ਈਜ਼ੀਅਰ. ਆਪਾਂ ਅਗਰ ਕਿਸੇ ਨੂੰ ਠੀਕ ਕਰਨਾ, ਆਪਾਂ ਵਾਯੂ ਗਰੁੱਪ ਆਫ ਕੈਮੀਕਲਸ, ਪਿੱਤ ਗਰੁੱਪ ਆਫ ਕੈਮੀਕਲਸ ਅਤੇ ਕਫ ਗਰੁੱਪ ਆਫ ਕੈਮੀਕਲਸ ਬੈਲੈਂਸ ਕਰਨਾ. ਬਿਲਕੁਲ ਬੇਸਿਕਲੀ ਬਿਲਕੁਲ. ਸੋ ਜਿਹੜਾ ਘਟਿਆ ਹੈ ਵਧਿਆ ਹੈ. ਐਂਡ ਜਿਸ ਤਰ੍ਹਾਂ ਤੁਹਾਡੇ ਗੱਲ ਤੋਂ ਸਮਝ ਆ ਰਹੀ ਹੈ ਕਿ ਇੱਕ ਇੱਕ ਪਰਟੀਕੂਲਰ ਅਮਾਊਂਟ ਹੈ ਔਰ ਇੱਕ ਘਟੇਗਾ ਤਾਂ ਦੂਜਾ ਵੱਧ ਜਾਏਗਾ. ਬਿਲਕੁਲ. ਥੋੜ੍ਹਾ ਇੰਬੈਲੈਂਸ ਹੋ ਰਿਹਾ. ਸੋ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈ ਜਿਹੜੀਆਂ ਕਿ ਜਾਣਨ ਨੂੰ, ਅੰਡਰਸਟੈਂਡ ਕਰਨ ਨੂੰ, ਯੂ ਨੋ ਚਾਹੋਕ ਹੈਗੇ ਹਾਂ ਅਸੀਂ ਸਾਰੇ ਹੀ. ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਬਟ ਉਸ ਤੋਂ ਪਹਿਲੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ. ਡੂ ਨਾਟ ਗੋ ਐਨੀਵੇਅਰ ਐਂਡ ਕੀਪ ਕਾਲਿੰਗ. ਵੀਲ ਜੁਆਇਨ ਯੂ ਆਫਟਰ ਦ ਬ੍ਰੇਕ. ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ. ਲੈਟਸ ਗੋ ਰਾਈਟ ਟੂ ਦ ਪੁਆਇੰਟ, ਕਿਉਂਕਿ ਅਸੀਂ ਦੋਸ਼ਾਂ ਬਾਰੇ ਗੱਲ ਕਰ ਰਹੇ ਸੀ ਸਭ. ਅਤੇ ਯੋਗਾ ਵੀ, ਆਈ ਹਰਡ ਦੇ ਸੋ ਮਚ ਆਫ, ਹੁਣ ਯੋਗਾ ਦੀ ਬੜੀ ਗੱਲ ਹੁੰਦੀ ਹੈ ਵੈਸਟਰਨ ਵਰਲਡ 'ਚ ਵੀ, ਅਤੇ ਯੋਗਾ ਹਾਰਮੋਨਾਈਜ਼ਿੰਗ ਦੀ ਗੱਲ ਕਰ ਰਹੇ ਹਾਂ. ਸੋ ਹਾਊ ਆਰ ਦੇ ਰਿਲੇਟਿਡ ਇਨ ਐਨੀ ਵੇ, ਜਾਂ ਇਜ਼ ਇਟ ਅ ਲਾਈਫ ਸਟਾਈਲ? ਵਾਟ ਡੂ ਯੂ ਥਿੰਕ ਅਬਾਊਟ? ਦੇ ਆਰ ਡੈਫੀਨੇਟਲੀ ਰਿਲੇਟਿਡ ਜੀ, ਕਿਉਂਕਿ ਦੇਖੋ ਯੋਗਾ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਯੋਗਾ ਦੇ ਬਾਰੇ 'ਚ ਕੀ ਆ ਜਾਂਦਾ? ਯੋਗਸ ਚਿੱਤ ਵ੍ਰਿੱਤੀ ਨਿਰੋਧ ਹੈ. ਯੋਗ ਚਿੱਤ ਦੀ ਵ੍ਰਿੱਤੀਆਂ ਨੂੰ ਜਿਹੜਾ ਅਵਰੋਧ ਕਰਦੀ ਹੈ ਚੀਜ਼, ਉਹ ਕਹਿੰਦੇ ਹਾਂ. ਔਰ ਯੋਗਾ ਦੇ ਅੱਗੇ ਪਾਠਸ ਆ ਜਾਂਦੇ ਨੇ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ. ਇਹ ਯੋਗਾ ਦੇ ਪਾਠਸ ਨੇ ਸਾਰੇ ਦੇ ਸਾਰੇ. ਔਰ ਯੋਗਾ ਇੱਕ ਐਸੀ ਪ੍ਰਕਿਰਿਆ ਹੈ ਜਿਹਨੂੰ ਅਗਰ ਅੱਛੇ ਤਰੀਕੇ ਨਾਲ ਫੋਲੋ ਕੀਤਾ ਜਾਏ, ਬਿਨਾਂ ਡਾਇਟ ਤੋਂ, ਬਿਨਾਂ ਕਿਸੇ ਚੀਜ਼ ਤੋਂ, ਰੈਗੂਲਰ ਯੋਗਾ ਕਰਨ ਵਾਲੇ ਵਿਅਕਤੀ ਦੇ ਵਾਯੂ, ਪਿੱਤ ਔਰ ਕਫ, ਇਹਦਾ ਇੰਬੈਲੈਂਸ ਆਪਣੇ ਆਪ ਦੂਰ ਰਹਿੰਦਾ ਵਾ. ਔਰ ਇਟ ਨੈਚੁਰਲੀ ਜਿਹੜਾ ਵਾ ਨੋਰਮਲਾਈਜ਼ ਆਲ ਦੀਜ਼ ਦੋਸ਼ਾਸ. ਔਰ ਯੋਗਾ 'ਚ ਵੀ ਜਿਹੜਾ ਮੇਰਾ ਫੇਵਰੇਟ ਰਹਿੰਦਾ ਵਾ, ਜਿਹਦੇ ਬਾਰੇ ਮੈਂ ਸਾਰਿਆਂ ਨੂੰ ਕਹਿੰਦਾ ਵਾਂ, ਦੈਟ ਇਜ਼ ਪ੍ਰਾਣਾਯਾਮਸ. ਗੋ ਫੋਰ ਪ੍ਰਾਣਾਯਾਮਸ. ਆਪਾਂ ਲੋਕ ਜਨਰਲੀ ਯੋਗਾ 'ਚ ਜਿਹੜੇ ਨੋਰਮਲ ਆਸਨਸ ਨੇ, ਸਰੀਰ ਵਾਲੇ ਆਸਨ, ਉਹਨਾਂ ਉੱਪਰ ਜ਼ਿਆਦਾ ਦੇਖਦੇ ਹਾਂ. ਮੈਂ ਕਿਸੇ ਨੂੰ ਕਹਾਂਗਾ ਜੀ ਤੁਸੀਂ ਯੋਗਾ ਕਰਨੀ ਹੈ, ਪ੍ਰਾਣਾਯਾਮ ਕਰਨਾ, ਉਹਨੂੰ ਕਹੇਗਾ ਸਰ ਮੈਂ ਤਾਂ ਉਸ ਵੇਲੇ ਆਫਿਸ 'ਚ ਹੁੰਦਾ ਵਾਂ. ਦੇਖੋ ਪ੍ਰਾਣਾਯਾਮ ਕਰਨੇ ਆ, ਪ੍ਰਾਣਾਯਾਮਸ ਕਰਨੇ ਆ, ਇਹਦੇ 'ਚ ਕੋਈ ਨੈਸੈਸਰੀ ਨਹੀਂ ਕਿ ਪ੍ਰਾਣਾਯਾਮ ਆਪਾਂ ਚੌਂਕੜੀ ਮਾਰ ਕੇ ਬਹਿ ਕੇ ਕਰਨਾ. ਰਾਈਟ ਨਾਓ ਵੀ ਆਰ ਸਿਟਿੰਗ ਔਨ ਆਰ ਚੇਅਰਸ ਐਂਡ ਵੀ ਕੈਨ ਡੂ ਪ੍ਰਾਣਾਯਾਮ. ਇੱਥੇ ਵੀ ਪ੍ਰਾਣਾਯਾਮ ਕਰ ਸਕਦੇ ਹਾਂ. ਦੇਖੋ ਪ੍ਰਾਣਾਯਾਮ 'ਚ ਅਨੁਲੋਮ ਵਿਲੋਮ ਇਜ਼ ਦਾ ਮੋਸਟ ਈਜ਼ੀਐਸਟ ਪ੍ਰਾਣਾਯਾਮ. ਜੇ ਤੁਸੀਂ ਇੱਕ ਨੋਸਟਰਲ 'ਚੋਂ ਸਾਹ ਨੂੰ ਲੰਬਾ ਅੰਦਰ ਖਿੱਚਣਾ ਵੈ, ਫਿਰ ਦੂਸਰੇ ਨੋਸਟਰਲ 'ਚੋਂ ਸਾਹ ਨੂੰ ਲੰਬਾ ਜਿਹੜਾ ਵੈ ਉਹ ਬਾਹਰ ਛੱਡਣਾ ਵੈ. ਇਹਨੂੰ ਆਪਾਂ ਕਹਿੰਦੇ ਹਾਂ ਕੁੰਭਕ, ਪੂਰਕ ਔਰ ਰਿਚਕ. ਕੁੰਭਕ, ਪੂਰਕ, ਰਿਚਕ. ਜਦੋਂ ਆਪਾਂ ਸਾਹ ਅੰਦਰ ਨੂੰ ਖਿੱਚ ਰਹੇ ਹਾਂ, ਇਹਨੂੰ ਕਹਿੰਦੇ ਕੁੰਭਕ ਕਰਨਾ. ਪੂਰਕ ਮਤਲਬ ਜਦੋਂ ਸਾਹ ਆਪਾਂ ਅੰਦਰ ਰੋਕਿਆ ਆਇਆ ਆਪਣਾ, ਔਰ ਰਿਚਕ ਮਤਲਬ ਜਦੋਂ ਆਪਾਂ ਸਾਹ ਛੱਡ ਰਹੇ ਹਾਂ. ਇਨਫੈਕਟ ਜਿੰਨੇ ਵੀ ਆਸਨ ਸਾਨੂੰ ਦੱਸੇ ਜਾਂਦੇ ਨੇ, ਚਾਹੇ ਕੋਈ ਵੀ ਆਪਾਂ ਆਸਨ ਕਰ ਰਹੇ ਹਾਂ, ਚਾਹੇ ਅਰਧ ਮਤਸਿੰਦਰ ਆਸਨ ਹੈ, ਪਵਨ ਮੁਕਤ ਆਸਨ ਹੈ, ਸ਼ਵ ਆਸਨ ਹੈ, ਯੋਗਾ ਦੇ ਹਰ ਆਸਨ ਦੇ ਨਾਲ ਜੁੜਿਆ ਹੋਇਆ ਬਰੀਦਿੰਗ ਪੈਟਰਨ ਹੈ, ਜਿਹੜਾ ਕਿ ਮੋਸਟ ਇੰਪੋਰਟੈਂਟ ਹੈ, ਜਿਹੜਾ ਆਪਾਂ ਲੋਕ ਭੁੱਲ ਜਾਂਦੇ ਹਾਂ. ਫੋਰ ਐਗਜ਼ਾਮਪਲ, ਅਗਰ ਆਪਾਂ ਪਵਨ ਮੁਕਤ ਆਸਨ ਕਰ ਰਹੇ ਹਾਂ, ਇਹ ਬੜਾ ਜ਼ਰੂਰੀ ਹੈ ਕਿ ਆਸਨ ਕਰਦੇ ਹੋਏ ਆਪਾਂ ਇਹ ਧਿਆਨ ਦੇਈਏ ਕਿ ਕਿਸ ਵੇਲੇ ਲੰਬਾ ਸਾਹ ਅੰਦਰ ਖਿੱਚਣਾ ਵੈ, ਕਿਸ ਵੇਲੇ ਸਾਹ ਨੂੰ ਰੋਕਣਾ ਵੈ, ਔਰ ਕਿਸ ਵੇਲੇ ਸਾਹ ਨੂੰ ਛੱਡਣਾ ਵੈ. ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹਨੂੰ ਆਪਾਂ ਮਿਸ ਕਰ ਜਾਂਦੇ ਹਾਂ. ਦੈਟ ਇਜ਼ ਅ ਰੋਂਗ ਥਿੰਗ. ਔਰ ਪ੍ਰਾਣਾਯਾਮ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ, ਅਨੁਲੋਮ ਵਿਲੋਮ ਤੋਂ ਆਪਾਂ ਸ਼ੁਰੂ ਹੁੰਦੇ ਹਾਂ, ਜਿਹੜਾ ਕਿ ਸਭ ਤੋਂ ਈਜ਼ੀਐਸਟ ਪ੍ਰਾਣਾਯਾਮ ਹੈ, ਜਿਹਨੂੰ ਕਿ ਨਿਰਦੋਸ਼ ਪ੍ਰਾਣਾਯਾਮ ਕਿਹਾ ਜਾਂਦਾ ਵੈ. ਅਨੁਲੋਮ ਵਿਲੋਮ ਕੋਈ ਵੀ ਕਰ ਸਕਦਾ ਵੈ ਬਿਨਾਂ ਕਿਸੇ ਹਾਰਮ ਤੋਂ. ਅਨੁਲੋਮ ਵਿਲੋਮ ਤੋਂ ਬਾਅਦ ਜਿਹੜਾ ਸੈਕਿੰਡ ਪ੍ਰਾਣਾਯਾਮ ਇੰਪੋਰਟੈਂਟ ਹੈ, ਦੈਟ ਇਜ਼ ਕਪਾਲ ਭਾਤੀ. ਰਾਮਦੇਵ ਜੀ ਨੇ ਜਿਹਨੂੰ ਸਭ ਤੋਂ ਜ਼ਿਆਦਾ ਫੇਮਸ ਕੀਤਾ ਵੈ, ਸਵਾਮੀ ਰਾਮਦੇਵ ਜੀ ਨੇ. ਐਂਡ ਅ ਥੈਂਕਸ ਟੂ ਹਿਮ ਕਿ ਉਹਨਾਂ ਨੇ ਕਪਾਲ ਭਾਤੀ ਨੂੰ ਘਰ ਘਰ 'ਚ ਪਹੁੰਚਾਇਆ ਵੈ. ਕਪਾਲ ਭਾਤੀ ਇੱਕ ਬਹੁਤ ਅੱਛਾ ਪ੍ਰਾਣਾਯਾਮ ਹੈ, ਜਿਹਦੇ 'ਚ ਆਪਾਂ ਫੋਰਸਫੁਲ ਐਕਸਪੀਰੇਸ਼ਨ ਕਰਨਾ, ਸਾਹ ਨੂੰ ਲੰਬੇ ਤੌਰ ਨਾਲ ਬਾਹਰ ਸੁੱਟਣਾ ਵੈ ਜੀ, ਬਾਹਰ ਤੇਜ਼ ਸੁੱਟਣਾ ਵੈ. ਬੜੀ ਵਾਰੀ ਲੋਕ ਕਨਫਿਊਜ਼ ਹੋ ਕੇ, ਉਹ ਬੜੇ ਵਿੱਚ ਆਉਂਦਾ ਕਿ ਮੈਂ ਗਲਤ ਕਰਦਾ ਰਿਹਾ ਜਾਂ ਕੁਝ, ਉਹ ਗਲਤ ਕਿਵੇਂ ਹੋ ਸਕਦਾ ਹੈ? ਬਿਕੋਜ਼ ਗਲਤ ਇਸ ਤਰੀਕੇ ਨਾਲ ਹੋ ਸਕਦਾ ਜੀ, ਲੋਕੀ ਕਪਾਲ ਭਾਤੀ ਤੇ ਭਸਤ੍ਰਿਕਾ ਇਹਨਾਂ ਨੂੰ ਮਿਕਸ ਕਰ ਜਾਂਦੇ ਨੇ. ਕਪਾਲ ਭਾਤੀ ਕੀ ਹੈ? ਸਾਹ ਨੂੰ ਲੰਬਾ ਬਾਹਰ ਸੁੱਟਣਾ ਵੈ, ਲੇਕਿਨ ਲੈਣਾ ਨੋਰਮਲ ਹੀ ਹੈ. ਦਿਸ ਇਜ਼ ਕਪਾਲ ਭਾਤੀ. ਲੰਬਾ ਸਾਹ ਛੁੱਟੋ, ਲਵੋ ਨੋਰਮਲ ਬ੍ਰੀਥਿੰਗ ਪੈਟਰਨ 'ਚ. ਐਂਡ ਭਸਤ੍ਰਿਕਾ, ਭਸਤ੍ਰਿਕਾ ਹੈ ਕਿ ਸੁੱਟੋ ਵੀ ਤੇਜ਼ ਔਰ ਖਿੱਚੋ ਵੀ ਤੇਜ਼. ਸੋ ਦੇ ਮਿਕਸ ਕਪਾਲ ਭਾਤੀ ਵਿਨ ਭਸਤ੍ਰਿਕਾ. ਔਰ ਜਿਹੜੀ ਭਸਤ੍ਰਿਕਾ ਹੈ, ਭਸਤ੍ਰਿਕਾ ਲੰਗਸ ਦੀ ਐਕਸਰਸਾਈਜ਼ ਹੈ. ਕਪਾਲ ਭਾਤੀ ਪੇਟ ਦੀ ਐਕਸਰਸਾਈਜ਼ ਹੈ. ਜਠਰਾਗਨੀ ਨੂੰ ਵਧਾਉਂਦੀ ਹੈ, ਡਾਇਜੈਸਟਿਵ ਫਾਇਰ ਨੂੰ ਇਨਕਰੀਜ਼ ਕਰਦੀ ਹੈ, ਮੈਟਾਬੋਲਿਕ ਫਾਇਰ ਨੂੰ ਇਨਕਰੀਜ਼ ਕਰਦੀ ਹੈ, ਔਰ ਬਹੁਤ ਸਾਰੀ ਬਿਮਾਰੀਆਂ 'ਚ ਬਚਾਉਂਦੀ ਹੈ. ਸੋ ਕਪਾਲ ਭਾਤੀ ਸਿਰਫ ਲਾ ਸਾਹ ਨੂੰ ਤੁਸੀਂ ਤੇਜ਼ ਸੁੱਟਣਾ ਹੈ, ਖਿੱਚਣਾ ਨਹੀਂ ਹੈ ਤੇਜ਼ ਨੂੰ.
ਐਂਡ ਬਸਤ੍ਰਿਕਾ 'ਚ ਸੁੱਟਣਾ ਵੀ ਤੇਜ਼ ਹੈ ਖਿੱਚਣਾ ਵੀ ਤੇਜ਼ ਹੈ ਐਂਡ ਦੈਨ ਦਾ ਬੈਲੈਂਸਿੰਗ ਪ੍ਰਾਣਾਯਾਮ ਜਿਹੜਾ ਮੈਂ ਲਾਸਟ ਟਾਈਮ ਵੀ ਇੱਥੇ ਗੱਲ ਕੀਤੀ ਸੀ ਬੈਲੈਂਸਿੰਗ ਪ੍ਰਾਣਾਯਾਮ ਹੈ ਜੀ ਸੀਤਲੀ ਕਰਮ ਐਂਡ ਸੀਤਕਾਰਨੀ ਜਿਹਦੇ 'ਚ ਟੰਗ ਰੋਲ ਕਰਕੇ ਲੰਬੀ ਟੰਗ ਬਾਹਰ ਕੱਢ ਕੇ ਲੰਬਾ ਸਾਹ ਅੰਦਰ ਖਿੱਚਣਾ ਜੀ ਇਸ ਤਰੀਕੇ ਨਾਲ ਦੇਖੋ ਲੰਬਾ ਸਾਹ ਅੰਦਰ ਖਿੱਚਿਆ ਟੰਗ ਨੂੰ ਰੋਲ ਕਰਕੇ ਦਿਸ ਵਿਲ ਹੈਲਪ ਇਨ ਬੈਲੈਂਸਿੰਗ ਅਦਰ ਪ੍ਰਾਣਾਯਾਮਸ ਕਿਉਂਕਿ ਇਹ ਸਰੀਰ 'ਚ ਗਰਮੀ ਨਹੀਂ ਵਧਣ ਦੇਵੇਗਾ ਜਿਸ ਤਰ੍ਹਾਂ ਤੁਸੀਂ ਮੇਰੇ ਕੋਲ ਕੁਐਸਚਨ ਕੀਤਾ ਕਿ ਉਹ ਜਿਹੜੇ ਨੇ ਚਤੁਰ ਬੀਜ ਖਾ ਰਹੇ ਨੇ ਗਰਮੀ ਤਾਂ ਨਹੀਂ ਹੋ ਜਾਏਗੀ ਕੋਈ ਆਯੁਰਵੈਦਿਕ ਦਵਾਈ ਗਰਮੀ ਤਾਂ ਨਹੀਂ ਕਰ ਦੇਗੀ ਉਹਦੇ 'ਚ ਬੈਸਟ ਹੈ ਤੁਹਾਨੂੰ ਕਦੀ ਵੀ ਇਹ ਡਾਊਟ ਹੋ ਜਾਂਦਾ ਵਾ ਕਿ ਆਯੁਰਵੈਦਿਕ ਦਵਾਈ ਗਰਮੀ ਕਰ ਦੇਗੀ ਇਮੀਡੀਏਟਲੀ ਤੁਸੀਂ 5 ਮਿੰਟ ਤੋਂ 10 ਮਿੰਟ ਜਿਹੜਾ ਵਾ ਸੀਤਲੀਕਰਮ ਕਰਨਾ ਸ਼ੁਰੂ ਕਰ ਦਿਓ ਇਸ ਤਰੀਕੇ ਨਾਲ ਰੋਲ ਦ ਟੰਗ ਐਂਡ ਟੇਕ ਅ ਡੀਪ ਬ੍ਰੈਥ ਇਨ ਸਾਈਡ ਬਹੁਤ ਆਈਡੀਅਲ ਚਲੋ ਨਹੀਂ ਛੱਡਣਾ ਨੋਰਮਲੀ ਛੱਡਣਾ ਆਪਾਂ ਨੋਰਮਲ ਸਪੀਡ 'ਤੇ ਹੈ ਤਾਂ ਸੀਤਲੀਕਰਮ ਬਹੁਤ ਵਧੀਆ ਚੀਜ਼ ਹੈ ਦੈਨ ਦੇਰ ਇਜ਼ ਤੁਸੀਂ ਬਲੱਡ ਪ੍ਰੈਸ਼ਰ ਵਾਸਤੇ ਵੀ ਦੱਸਿਆ ਬਿਲਕੁਲ ਜੀ ਬਿਲਕੁਲ ਤੁਹਾਨੂੰ ਯਾਦ ਹੈ ਬੜੀ ਅੱਛੀ ਗੱਲ ਹੈ ਜੀ ਬਲੱਡ ਪ੍ਰੈਸ਼ਰ ਵਾਸਤੇ ਬਹੁਤ ਅੱਛਾ ਪ੍ਰਾਣਾਯਾਮ ਹੈ ਸੀਤਲੀਕਰਮ ਇਹ ਜ਼ਰੂਰ ਕਰਨਾ ਚਾਹੀਦਾ ਜੀ ਸੋ ਡਾਕਟਰ ਮੋਨਿਕਾ ਈਵਨ ਇਹ ਕਹਿੰਦੇ ਆ ਨਾ ਕਿ ਜਿਵੇਂ ਇਮਬੈਲੈਂਸ ਹਾਰਮੋਨਾਈਜ਼ਿੰਗ ਇਹ ਦੋਨੋਂ ਚੀਜ਼ਾਂ ਹੀ ਉਹ ਕਰ ਰਹੀਆਂ ਨੇ ਸਪੈਸ਼ਲੀ ਏਜ ਦੇ ਵਿੱਚ ਵਿਮੈਨ ਦੇ ਸੋਚੀਏ ਅਤੇ ਪਿਊਬਰਟੀ ਅਤੇ ਮੀਨੋਪੋਜ ਦੋਨਾਂ ਵਿੱਚ ਹਾਰਮੋਨਲ ਇਮਬੈਲੈਂਸ ਬੜਾ ਉਹ ਹੁੰਦਾ ਸੋ ਸਪੈਸ਼ਲੀ ਸਪੀਕਿੰਗ ਅਬਾਊਟ ਮੀਨੋਪੋਜ ਡੂ ਯੂ ਥਿੰਕ ਦਿਸ ਸਮ ਐਕਸਰਸਾਈਜ਼ ਜਿਹੜੀ ਕਿ ਯੂ ਨੋ ਬੰਦਾ ਘਰ ਕਰ ਸਕਦਾ ਐਂਡ ਫੀਲ ਬੈਟਰ ਅਬਾਊਟ ਇਟ ਬਿਲਕੁਲ ਜੀ ਜਿਹੜੇ ਮੈਨੋਪੋਜ਼ ਦੀ ਅਸੀਂ ਗੱਲ ਕਰੀਏ ਉਹਦੇ ਵਿੱਚ ਪੈਲਵਿਕ ਮਸਲਸ ਲੂਜ਼ ਹੋ ਜਾਂਦੀਆਂ ਨੇ ਔਰ ਇੱਕ ਫੀਮੇਲ ਨੂੰ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਐਜ਼ ਇਫ ਸਮਥਿੰਗ ਇਜ਼ ਡਰੈਗਿੰਗ ਡਾਊਨ ਅੱਛਾ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਬੜੀਆਂ ਫੀਮੇਲਸ ਨੂੰ ਇਹ ਹਾਂ ਪ੍ਰੋਬਲਮ ਆਉਂਦੀ ਹੈ ਉਹਨੂੰ ਕੰਟਰੋਲ ਕਰਨ ਲਈ ਅਸੀਂ ਮੂਲਬੰਦ ਬੋਲਦੇ ਹਾਂ ਅਸੀਂ ਉਹ ਰੈਕਮੈਂਡ ਕਰਦੇ ਹਾਂ ਜਿਹਨੂੰ ਨੋਰਮਲ ਲੈਂਗੁਏਜ ਕੀਗਲਸ ਐਕਸਰਸਾਈਜ਼ ਇਹ ਪੈਲਵਿਕ ਇਹ ਪੈਲਵਿਕ ਮਸਲ ਦੀ ਐਕਸਰਸਾਈਜ਼ ਹੈ ਔਰ ਅਗਰ ਉਹਨੂੰ ਰੂਟੀਨ 'ਚ ਕਰਨਗੀਆਂ ਤਾਂ ਅੱਗੇ ਜਾ ਕੇ ਜਿਹੜੀਆਂ ਇਹਦੀਆਂ ਜ਼ਿਆਦਾ ਐਗਰੀਵੇਟਿਡ ਸਟੇਜ ਆਉਂਦੀ ਹੈ ਜਿਸ ਤਰ੍ਹਾਂ ਕਿ ਪ੍ਰੋਲੈਪਸ ਹੁੰਦਾ ਜਿਹਦੇ ਵਾਸਤੇ ਉਹਨਾਂ ਨੂੰ ਸਰਜਰੀਜ਼ ਵੱਲ ਜਾਣਾ ਪੈਂਦਾ ਔਰ ਜਦੋਂ ਉਹ ਸਰਜਰੀ ਕਰਵਾ ਵੀ ਲੈਂਦੇ ਨੇ ਸਰਜਨ ਔਰ ਬਾਅਦ ਵਿੱਚ ਵੀ ਉਹਨਾਂ ਜਦੋਂ ਓ ਟੀ 'ਚੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਇਹੀ ਕਹਿੰਦੇ ਨੇ ਕਿ ਤੁਸੀਂ ਕੀਗਲਸ ਐਕਸਰਸਾਈਜ਼ ਕਰੋ ਤਾਂ ਵਾਈ ਨੋਟ ਪਹਿਲੀ ਸਟੇਜ 'ਤੇ ਹੀ ਕਰਨੀ ਚਾਹੀਦੀ ਹੈ ਤਾਂ ਕਿ ਉਸ ਸਟੇਜ ਤੱਕ ਅਸੀਂ ਪਹੁੰਚ ਹੀ ਨਾ ਪਾਈਏ ਜੀ ਜੀ ਐਂਡ ਇਟਸ ਰਿਕਮੈਂਡਡ ਇਨ ਪਿਊਬਰਟੀ ਟੂ ਜਿਵੇਂ ਕਈ ਯੰਗ ਕੁੜੀਆਂ ਬੜੇ ਸਵਾਲ ਆਉਂਦੇ ਆ ਯਾ ਇਟਸ ਵੈਰੀ ਗੁੱਡ ਈਵਨ ਡਿਲੀਵਰੀ ਤੋਂ ਬਾਅਦ ਅਸੀਂ ਰੈਕਮੈਂਡ ਕਰਦੇ ਹਾਂ ਕਿਉਂਕਿ ਮਸਲਸ ਲੂਜ਼ ਹੋਈਆਂ ਹੁੰਦੀਆਂ ਨੇ ਮਸਲਸ ਨੂੰ ਟਾਈਟਨ ਅਪ ਕਰਨ ਲਈ ਪੈਲਵਿਕ ਮਸਲਸ ਨੂੰ ਅਸੀਂ ਕੀਗਲ ਐਕਸਰਸਾਈਜ਼ ਹੀ ਗਾਈਡ ਕਰਦੇ ਹਾਂ ਮੋਰ ਓਵਰ ਸਰਕੂਲੇਸ਼ਨ ਨੂੰ ਇੰਪਰੂਵ ਕਰਦੀ ਹੈ ਜੀ ਇਹਦੇ ਨਾਲ ਕੀ ਹੁੰਦਾ ਵਾ ਕਿ ਜਿਹੜੇ ਸਾਡੇ ਜਨਨੇਂਦਰੀਆ ਹੈ ਜਿਹੜਾ ਸਾਡਾ ਅਗਰ ਆਪਾਂ ਯੂਟਰਾਈਨ ਪਾਰਟ ਕਹਿੰਦੇ ਹਾਂ ਓਵਰੀਜ਼ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਮੂਲ ਬੰਦ ਕਰਦੇ ਹਾਂ ਇਹਦੇ ਨਾਲ ਮਾਈਕਰੋ ਸਰਕੂਲੇਸ਼ਨ ਇਨਕਰੀਜ਼ ਹੁੰਦੀ ਹੈ ਉਸ ਏਰੀਆ ਦੀ ਔਰ ਬੋਡੀ ਦੇ ਹਰ ਸੈੱਲ ਨੂੰ ਮਾਈਕਰੋ ਸਰਕੂਲੇਸ਼ਨ ਦੀ ਲੋੜ ਹੈ ਅਗਰ ਮਾਈਕਰੋ ਸਰਕੂਲੇਸ਼ਨ ਇੱਕ ਏਰੀਆ 'ਚ ਇੰਪਰੂਵਡ ਹੈ ਉਹ ਏਰੀਆ ਬੈਟਰ ਕੰਮ ਕਰ ਸਕਦਾ ਵਾ ਜੀ ਐਂਡ ਸਾਰਿਆਂ ਵਾਸਤੇ ਕੀਗਲ ਐਕਸਰਸਾਈਜ਼ ਮੋਇਨਲੀ ਇਜ਼ ਸਟ੍ਰੈਚਿੰਗ ਦੋਜ਼ ਮਸਲਸ ਐਂਡ ਦੈਨ ਰਿਲੀਵਿੰਗ ਯੂ ਨੋ ਸੋ ਐਂਡ ਬਲੱਡ ਇਸ਼ੂਜ਼ ਵੀ ਜਿਸ ਤਰ੍ਹਾਂ ਮੀਨੋਪੌਜ਼ ਜ਼ਿਆਦਾ ਹੋ ਜਾਂਦੇ ਨੇ ਉਹਦੇ ਨਾਲ ਵੀ ਯੂਰਿਨ ਰਿਟੇਨ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਹੈ ਮੋਸਟਲੀ ਪ੍ਰੋਬਲਮ ਇਹੀ ਆਉਂਦੀ ਹੈ ਫੀਮੇਲਸ ਦੀ ਕੰਪਲੇਂਟ ਆਉਂਦੀ ਹੈ ਕਿ ਡਾਕਟਰ ਸਾਹਿਬ ਅਗਰ ਮੈਂ ਟਰੈਵਲਿੰਗ 'ਚ ਵੀ ਹੁੰਦੀ ਹਾਂ ਔਰ ਮੈਨੂੰ ਯੂਰਿਨ ਆ ਰਿਹਾ ਮੇਰੇ ਲਈ ਇਟਸ ਅਨਏਬਲ ਟੂ ਹੋਲਡ ਕਿ ਮੈਂ ਕਿਸ ਤਰ੍ਹਾਂ ਕੀ ਕਰਾਂ ਔਰ ਦਾ ਰੀਜ਼ਨ ਬੇਸਿਕਲੀ ਇਹੀ ਹੈ ਕਿਉਂਕਿ ਮੈਨੋਪੌਜ਼ ਆ ਚੁੱਕਾ ਹੈ ਹਾਰਮੋਨਸ ਡੈਫੀਸ਼ੈਂਸੀ ਹੈ ਉਹਨਾਂ ਦੀ ਜਿਹੜੀ ਪੈਲਵਿਕ ਮਸਲਸ ਲੂਜ਼ ਹੋ ਰਹੀਆਂ ਨੇ ਅਤੇ ਕੀਗਲ ਐਕਸਰਸਾਈਜ਼ ਔਰ ਮੂਲ ਬੰਦ ਜਿਹੜਾ ਕਿ ਬਹੁਤ ਅੱਛਾ ਬਹੁਤ ਵਧੀਆ ਜੀ ਲੈਟਸ ਟੇਕ ਸਮ ਕਾਲਸ ਬੜੇ ਵੇਟ ਕਰ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਹੋ ਤੇ ਕੀ ਸਵਾਲ ਪੁੱਛੋਗੇ ਦੱਸੋ ਹਾਂ ਮੈਂ ਪਰਮਜੀਤ ਪੰਮੀ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਨੂੰ ਤੇ ਡਾਕਟਰ ਮੋਨਿਕਾ ਦੋਨਾਂ ਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਰੱਖਿਆ ਤੇ ਡਾਕਟਰ ਸਾਹਿਬ ਤੁਸੀਂ ਜੋ ਐਕਸਪਲੇਨ ਕਰ ਰਹੇ ਹੋ ਇਹਦੇ ਬਾਰੇ ਕਪਾਲਭਾਤੀ ਉਹ ਤੇ ਅਸੀਂ ਕਰਨੇ ਆ ਕੋਸ਼ਿਸ਼ ਕਰਨੇ ਆ ਠੀਕ ਤਰ੍ਹਾਂ ਕਾਫੀ ਸਾਲਾਂ ਤੋਂ ਤੇ ਇੱਕ ਕੁਐਸਚਨ ਹੈ ਕਿ ਤੁਸੀਂ ਇਹ ਜਿਹੜੇ ਤਿੰਨ ਦੱਸੇ ਨੇ ਵਾਯੂ ਪਿੱਤ ਤੇ ਕਫ ਥੋੜਾ ਜਿਹਾ ਇਹਨਾਂ ਨੂੰ ਐਕਸਪਲੇਨ ਕਰ ਸਕੋਗੇ ਕਿ ਕੀ ਨੇ ਤੇ ਇਹਨਾਂ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਜ਼ਰੂਰ ਜੀ ਜ਼ਰੂਰ ਕਰਦੇ ਵੀ ਰਹੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਜੀ ਦੇਖੋ ਵਾਯੂ ਪਿੱਤ ਔਰ ਕਫ ਸਰੀਰ ਦੇ ਤਿੰਨ ਮੇਨ ਦੋਸ਼ਾਸ ਨੇ ਜਿਹਦੇ 'ਚੋਂ ਵਾਯੂ ਨੂੰ ਨੋਰਮਲ ਆਪਾਂ ਵਾਤ ਵੀ ਕਹਿ ਦਿੰਦੇ ਹਾਂ ਲੋਕੀ ਕਹਿ ਦਿੰਦੇ ਨਾ ਮੇਰਾ ਸਰੀਰ ਵਾਈ ਖੁਰਾ ਵੈ ਇਹਦੇ 'ਚ ਵਾਯੂ ਜਲਦੀ ਵੱਧ ਜਾਂਦੀ ਹੈ ਜਿਨ੍ਹਾਂ ਦੇ ਸਰੀਰ 'ਚ ਸੁਭਾਵਿਕ ਤੌਰ ਤੋਂ ਜਿਹੜੀ ਵਾਯੂ ਹੈ ਉਹ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਸਰੀਰ ਵਾਈ ਖੁਰਾ ਕਿਹਾ ਜਾਂਦਾ ਵੈ ਪਿੱਤ ਜਿਹੜਾ ਦੋਸ਼ ਹੈ ਪਿੱਤ ਦੋਸ਼ ਬੋਡੀ ਦੀ ਡਾਈਜੈਸਟਿਵ ਫਾਇਰ ਮੈਟਾਬੋਲਿਕ ਫਾਇਰ ਨੂੰ ਦਰਸਾਉਂਦਾ ਵਾ ਲੇਕਿਨ ਜਿਨ੍ਹਾਂ ਦੀ ਪਿੱਤ ਸਰੀਰ 'ਚ ਵੱਧ ਹੁੰਦੀ ਹੈ ਉਹਨਾਂ ਦਾ ਸਰੀਰ ਥੋੜ੍ਹਾ ਜਿਹਾ ਆਪਾਂ ਕਹਿੰਦੇ ਹਾਂ ਜੀ ਕਿ ਗਰਮੀ ਖੋਰਾ ਸਰੀਰ ਹੈ ਔਰ ਕਫ ਦੋਸ਼ ਜਿਹੜਾ ਵਾ
ਕਫ ਦੋਸ਼ ਸਾਡੀ ਬੋਡੀ ਦੇ ਅੰਦਰ ਸਾਡੇ ਇਮਿਊਨ ਸਿਸਟਮ ਨੂੰ ਦਰਸਾਉਂਦਾ ਵੈ, ਲੇਕਿਨ ਜਿਨ੍ਹਾਂ ਦੇ ਸਰੀਰ 'ਚ ਸੁਭਾਵ ਨਾਲ ਕਫ ਪੈਦਾ ਹੁੰਦੀ ਹੈ ਉਹਨਾਂ ਦਾ ਸਰੀਰ ਦਾ ਭਾਰ ਥੋੜ੍ਹਾ ਜ਼ਿਆਦਾ ਹੁੰਦਾ ਵੈ, ਉਹਨਾਂ ਦਾ ਕੋਲੈਸਟਰੋਲ ਜਿਹੜਾ ਵਾ ਦੂਜੇ ਨਾਲੋਂ ਜਲਦੀ ਵੱਧਦਾ ਵੈ, ਡਾਇਬੀਟੀਜ਼ ਹੋਣ ਦੇ ਜਿਹੜੇ ਚਾਂਸਿਸ ਨੇ ਉਹ ਜ਼ਿਆਦਾ ਰਹਿੰਦੇ ਨੇ। ਇਸ ਕਰਕੇ ਸਾਡੀ ਬੋਡੀ ਟਾਈਪਸ ਵੀ ਕੁਦਰਤ ਨੇ ਸਾਨੂੰ ਦੋਸ਼ਾਂ ਦੇ ਹਿਸਾਬ ਨਾਲ ਦਿੱਤੀਆਂ ਨੇ ਕਿ ਸਾਡਾ ਵਾਈ ਖੋਰਾ ਸਰੀਰ ਹੈ, ਗਰਮੀ ਖੋਰਾ ਸਰੀਰ ਹੈ ਕਿ ਕਫ ਖੋਰਾ ਸਰੀਰ ਹੈ ਸਾਡਾ, ਔਰ ਉਹਦੇ ਅਕੋਰਡਿੰਗ ਹੀ ਦੇਖੋ ਅਗਰ ਆਪਾਂ ਬੈਲੈਂਸ ਰੱਖਣਾ ਚਾਹੁੰਦੇ ਹਾਂ ਆਪਾਂ ਯੋਗ ਕਰ ਸਕਦੇ ਹਾਂ। ਕੁਛ ਸਾਨੂੰ ਕੁਦਰਤ ਨੇ ਚੀਜ਼ਾਂ ਦਿੱਤੀਆਂ ਜਿਹੜੀਆਂ ਤਿੰਨੋਂ ਦੋਸ਼ਾਂ ਨੂੰ ਬੈਲੈਂਸ ਕਰਦੀਆਂ ਨੇ, ਜਿਸ ਤਰ੍ਹਾਂ ਕਿ ਤ੍ਰਿਫਲਾ, ਤ੍ਰਿਫਲਾ 'ਚ ਆਂਵਲਾ, ਹਰੜ ਅਤੇ ਬਹੇੜਾ, ਇਹ ਤਿੰਨ ਚੀਜ਼ਾਂ ਪਈਆਂ ਨੇ। ਚਾਹੇ ਸਾਡਾ ਸਰੀਰ ਵਾਈ ਖੋਰਾ ਵੈ, ਚਾਹੇ ਸਾਡਾ ਸਰੀਰ ਗਰਮੀ ਖੋਰਾ ਵੈ, ਅਤੇ ਚਾਹੇ ਕਫ ਵਾਲਾ ਸਰੀਰ ਹੈ, ਤਿੰਨੋਂ ਹੀ ਕੇਸਿਸ 'ਚ ਤ੍ਰਿਫਲਾ ਇਜ਼ ਅ ਬੈਸਟ ਟੋਨਿਕ, ਅਤੇ ਕੋਸ਼ਿਸ਼ ਕਰੋ ਤ੍ਰਿਫਲਾ ਜ਼ਰੂਰ ਲੈਣਾ ਚਾਹੀਦਾ ਵੈ ਸਾਨੂੰ ਅਗਰ ਨਹੀਂ ਪਤਾ ਸਾਡਾ ਦੋਸ਼ ਕਿਹੜਾ ਵੈ। ਇਸ ਤੋਂ ਇਲਾਵਾ ਨਾ ਸਾਡੀ ਇੱਕ ਮੋਬਾਈਲ ਐਪ ਆਉਂਦੀ ਹੈ ਜੀ NDCare ਦੇ ਨਾਮ ਦੇ ਨਾਲ ਪਲੇ ਸਟੋਰ 'ਤੇ, ਉਹਦੇ 'ਚ ਮੈਂ ਸਪੈਸ਼ਲ ਇੱਕ ਪਾਇਆ ਹੈ ਫ੍ਰੀ ਆਫ ਕੋਸਟ ਬੋਡੀ ਟਾਈਪ ਡਿਟਰਮੀਨੇਸ਼ਨ, ਉਹਦੇ 'ਚ ਤੁਸੀਂ ਪੁਆਇੰਟਸ ਨੂੰ ਟਿਕ ਮਾਰਕ ਕਰਨਾ ਵੈ, ਉਹਨਾਂ ਪੁਆਇੰਟਸ ਦੇ ਨਾਲ ਤੁਸੀਂ ਆਪਣੇ ਆਪ ਦੇਖ ਲਓਗੇ ਕਿ ਤੁਹਾਡਾ ਸਰੀਰ ਵਾਈ ਖੋਰਾ ਵੈ, ਪਿੱਤ ਖੋਰਾ ਵੈ ਕਿ ਕਫ ਖੋਰਾ ਵੈ, ਉਹਦੇ ਅਕੋਰਡਿੰਗ ਤੁਸੀਂ ਆਪਣੇ ਲਾਈਫ ਸਟਾਈਲ 'ਚ ਛੋਟੇ ਛੋਟੇ ਚੇਂਜਸ ਕਰ ਸਕਦੇ ਹੋ ਤਾਂ ਕਿ ਬਿਮਾਰੀ ਨਾ ਪਾਓ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ ਤੁਸੀਂ ਕੁਐਸਚਨ ਪੁੱਛਣ ਦਾ। ਮੈਂ ਹੋਰ ਪੁੱਛਦੀ ਹਾਂ, ਸਾਰੇ ਕੀ ਪੁੱਛ ਰਹੇ ਨੇ। ਹੈਲੋ, ਹੈਲੋ, ਹਾਂਜੀ ਹਾਂਜੀ, ਨਸੀਬ ਜੀ ਕੀ ਪੁੱਛਦੇ ਹੋ ਅੱਜ? ਹਾਂਜੀ, ਮੈਂ ਤਾਂ ਪਹਿਲੀ ਗੱਲ, ਹੈਲੋ, ਹਾਂਜੀ ਹਾਂਜੀ ਹਾਂਜੀ, ਸੁਣ ਰਹੇ ਹਾਂ ਸਰ। ਗੱਲ ਕਰਨੀ ਸੀ, ਇਹਨਾਂ ਨੇ ਇੱਕ ਦਿਨ ਕੈਂਸਰ ਬਾਰੇ ਦੱਸਿਆ ਸੀ, ਇੰਡੀਆ, ਇਹਨਾਂ ਦਾ ਇੰਡੀਆ ਦਾ ਨੰਬਰ ਵੀ ਕਿੱਥੇ, ਮਤਲਬ ਇੰਡੀਆ ਤੋਂ ਕੁਛ ਵੀ ਕਿੱਥੇ ਨੇੜੇ, ਮੋਗੇ ਦੇ ਆ ਅਸੀਂ, ਜਸਟ ਮੋਗੇ ਦੇ ਉੱਥੇ। ਦੇਖੋ ਤੁਸੀਂ ਮੋਗੇ ਤੋਂ ਜੀ, ਸਾਡਾ ਚੰਡੀਗੜ੍ਹ ਅਤੇ ਦਿੱਲੀ ਸੈਂਟਰ ਦੋਨੋਂ ਤੁਹਾਡੇ ਕੋਲ ਪੈਣਗੇ। ਸਾਡੇ ਜਿਹੜੇ ਹੈਲਪਲਾਈਨ ਨੰਬਰ ਜੋ ਉੱਥੇ ਆ ਰਹੇ ਨੇ, ਤੁਸੀਂ ਉਹਨਾਂ ਤੋਂ ਇੰਡੀਆ ਵਾਲਾ ਹੈਲਪਲਾਈਨ ਨੰਬਰ ਵੀ ਲੈ ਸਕਦੇ ਹੋ। ਅਦਰ ਇਸ ਮੈਂ ਤੁਹਾਨੂੰ ਬੋਲ ਸਕਦੇ ਹਾਂ ਕਿਹੜਾ ਹੈਲਪਲਾਈਨ ਨੰਬਰ ਤੇ ਕਰੀਏ? ਮੈਂ ਇੰਡੀਆ ਦਾ ਹੈਲਪਲਾਈਨ ਨੰਬਰ ਸਾਡਾ ਹੈ ਜੀ 7307032211, 730 ਸੀਗਾ ਮੈਂ ਤਿੰਨ ਨੰਬਰ ਇੰਡੀਆ ਦਾ, ਜੇ ਉਹਨਾਂ ਦੇ ਵੀ ਲੁਧਿਆਣੇ ਦਾ, ਲੁਧਿਆਣੇ ਵੀ ਜਾ ਸਕਦੇ ਆ। ਹਾਂ ਹਾਂ, ਤੁਹਾਨੂੰ ਜਿਹੜਾ ਕੋਲ ਪਏਗਾ ਜੀ ਚੰਡੀਗੜ੍ਹ ਔਰ ਅੰਮ੍ਰਿਤਸਰ, ਦੋ ਸਾਡੇ ਸੈਂਟਰਸ ਮੋਗੇ ਦੇ ਕੋਲ ਪੈਂਦੇ ਨੇ, ਤੁਸੀਂ ਉਹਨਾਂ ਦੋਨਾਂ 'ਚੋਂ ਇੱਕ ਸੈਂਟਰ 'ਤੇ ਜਾ ਸਕਦੇ ਹੋ। ਉੱਥੋਂ ਦਾ ਨੰਬਰ ਹੈ 7307032211, ਇੰਡੀਆ ਦਾ ਕੋਡ ਅੱਗੇ ਤੁਸੀਂ ਲਗਾ ਲੈਣਾ ਜੀ +91। ਬਹੁਤ ਵਧੀਆ ਨਸੀਬ ਜੀ, ਜ਼ਰੂਰ ਤੁਸੀਂ ਪਿੱਛੇ ਕਰਕੇ ਨੰਬਰ ਲੈ ਸਕਦੇ ਹੋ ਔਰ ਅਸੀਂ ਲਿਖਵਾ ਵੀ ਦਿੰਦੇ ਹਾਂ। ਹਾਂ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, 7307032211, +91 ਤੁਸੀਂ ਪਹਿਲੇ ਲਗਾ ਲੈਣਾ ਜਿਹੜਾ ਇੰਡੀਆ ਦਾ ਕੋਡ ਹੈ। ਇਹ ਇੰਡੀਆ ਵਾਲਾ ਹੈਲਪਲਾਈਨ ਨੰਬਰ ਹੈ ਜੀ ਸਾਡਾ, US ਦੇ ਤੇ ਉੱਪਰ ਆ ਹੀ ਰਹੇ ਨੇ ਟੀਵੀ ਸਕਰੀਨ ਤੇ, ਇਹ ਇੰਡੀਆ ਵਾਲਾ ਹੈਲਪਲਾਈਨ ਨੰਬਰ। ਨਾਲੇ ਡਾਕਟਰ ਸਾਹਿਬ, ਦਸੀਪ ਜੀ ਜਿਸ ਤਰ੍ਹਾਂ ਪੁੱਛ ਰਹੇ ਨੇ ਨਾ, ਇਹਨਾਂ ਦਾ ਕੋਈ ਉੱਥੇ ਹੈਗਾ ਐਂਡ ਸਫਰਿੰਗ ਫਰੋਮ ਸਮ ਏਲਮੈਂਟ, ਸੋ ਉਹਨਾਂ ਨੂੰ ਵੀ ਭੇਜਣਾ ਚਾਹੁੰਦੇ ਨੇ ਤੁਹਾਡੇ ਕੋਲ। ਸੋ ਲੈਟਸ ਇੰਜ ਕਰਦੇ ਆ, ਬਿਫੋਰ ਵੀ ਟੇਕ ਮੋਰ ਕਾਲਸ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਵਿਲ ਬੀ ਬੈਕ। ਵੈਲਕਮ ਬੈਕ ਸਾਰਿਆਂ ਦਾ, ਔਰ ਤੁਹਾਡਾ ਖਾਸ ਤੌਰ 'ਤੇ ਕਿ ਤੁਸੀਂ ਕੱਲ੍ਹ ਇੱਥੇ ਲੈਂਡ ਕੀਤੇ ਹੋ ਐਂਡ ਯੂ ਆਰ ਹੇਅਰ, ਐਂਡ ਆਈ ਐਮ ਸ਼ੋਰ ਜੈਟ ਲੈਗ ਵੀ ਤੰਗ ਕਰ ਰਿਹਾ ਹੋਣਾ ਹਾਲੇ, ਐਂਡ ਫਿਰ ਵੀ ਸਾਡੇ ਸਵਾਲਾਂ ਦਾ ਜਵਾਬ ਤੁਸੀਂ ਦੇ ਰਹੇ ਹੋ, ਸੋ ਥੈਂਕ ਯੂ ਸੋ ਮੱਚ। ਬ੍ਰੇਕ ਦੇ ਉੱਤੇ ਕੁਛ ਸਵਾਲ ਜਿਹੜੇ ਪੁੱਛੇ ਹੈ, ਬਿਕੋਜ਼ ਯੂ ਨੋ ਟਾਈਮ ਘੱਟ ਹੈ ਔਰ ਬਹੁਤ ਸਵਾਲ ਆ ਰਹੇ ਨੇ, ਸੋ ਉਹਨਾਂ ਨੇ ਜਿਹੜਾ ਕਿਹਾ ਨਾ ਇੱਕ ਫੁਲਵੈਰੀ ਦਾ, ਕਹਿੰਦੇ ਨੇ ਫੁਲਵੈਰੀ ਦਾ ਕੁਛ ਹੈਗਾ ਇਲਾਜ ਸਾਡਾ ਆਯੁਰਵੈਦਿਕ? ਬਿਲਕੁਲ ਜੀ, ਜਦੋਂ ਆਪਾਂ ਫੁਲਵੈਰੀ ਦੀ ਗੱਲ ਕਰਦੇ ਹਾਂ ਆਯੁਰਵੇਦ 'ਚ, ਫੁਲਵੈਰੀ ਦੇ ਕੇਸ 'ਚ ਵੀ ਆਪਾਂ ਵਾਤ ਪਿੱਤ ਕਫ ਦੀ ਗੱਲ ਕਰ ਰਹੇ ਸੀ, ਆਪਾਂ ਪਿੱਤ ਨੂੰ ਵਧਾਉਣਾ ਹੁੰਦਾ ਜੀ। ਜੀ, ਮਿਲੈਨੋਸਾਈਟ ਸਾਡੇ ਸਟਿਮੂਲੇਟ ਹੁੰਦੇ ਨੇ ਜਦੋਂ ਆਪਾਂ ਪਿੱਤ ਨੂੰ ਵਧਾਉਂਦੇ ਹਾਂ। ਬਾਕੁਚੀ ਚੂਰਨ ਇੱਕ ਕਾਮਨ ਮਿਲਣ ਵਾਲਾ ਚੂਰਨ ਹੈ ਜਿਹੜਾ ਕਿ ਖਾਣ 'ਚ ਅਤੇ ਲਗਾਉਣ 'ਚ ਦੋਨਾਂ ਹੀ ਕੇਸਿਸ 'ਚ ਫੁਲਵੈਰੀ 'ਚ ਬੜਾ ਫਾਇਦਾ ਕਰਦਾ ਵਾ, ਬਟ ਮੈਂ ਸਟਿਲ ਚਾਹਾਂਗਾ ਕਿ ਤੁਸੀਂ ਆਪਣੀ ਪਿੱਕ ਖਿੱਚ ਕੇ ਜ਼ਰੂਰ ਭੇਜੋ, ਕਿਉਂਕਿ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਫੁਲਵੈਰੀ ਜਮਾਂਦਰੂ ਹੈ ਜਾਂ ਬਾਅਦ 'ਚ ਹੋਈ ਹੈ ਔਰ ਕਿਸ ਲੈਵਲ ਦੀ ਹੈ, ਬੋਡੀ ਦੇ ਕਿਹੜੇ ਪਾਰਟ ਦੇ ਉੱਪਰ ਹੈ, ਉਹਦੇ ਅਕੋਰਡਿੰਗ ਬਾਕੁਚੀ ਦਾ ਚੂਰਨ ਆਪਾਂ ਤੁਹਾਨੂੰ ਯੂਜ਼ ਕਰਵਾਵਾਂਗੇ। ਜਨਰਲੀ ਇਹਦੇ ਬੜੇ ਅੱਛੇ ਰਿਜ਼ਲਟਸ ਨੇ ਔਰ ਆਈ ਹੋਪ ਕਿ ਇੰਪਰੂਵਮੈਂਟ ਮਿਲੇਗਾ ਉਹਦੇ ਨਾਲ। ਨਹੀਂ, ਬਹੁਤ ਇੰਪੋਰਟੈਂਟ, ਨਾਲੇ ਅਸੀਂ ਨੰਬਰਸ ਦੇ ਰਹੇ ਹਾਂ, ਜਿਹੜਾ ਪਰਸਨਲਾਈਜ਼ ਕੁਝ ਕੁਐਸਚਨ ਹੁੰਦਾ ਪਲੀਜ਼ ਉਹਨਾਂ ਨੂੰ ਬਾਅਦ 'ਚ ਕਾਲ ਕਰੋ ਐਂਡ ਯੂ ਕੈਨ ਯੂ ਨੋ ਗੈਟ ਬੈਟਰ। ਇੱਕ ਹੋਰ ਕੁਐਸਚਨ ਬ੍ਰੇਕ ਦੇ ਦੌਰਾਨ ਜਿਹੜਾ ਹੈਡੇਕ ਵਾਲਾ, ਮੈਂ ਉਹਦਾ ਵੀ ਜਵਾਬ ਦੇਣਾ ਚਾਹਾਂਗਾ ਜੀ, ਕਿਉਂਕਿ ਆਂਟੀ ਸੀ ਜਿਨ੍ਹਾਂ ਨੇ ਹੁਣੇ ਪੁੱਛਿਆ ਕੁਐਸਚਨ, ਕਾਫੀ ਸਵੀਅਰ ਉਹਨਾਂ ਦੀ ਹੈਡੇਕ ਰਹਿ ਰਹੀ, 3 ਮਹੀਨੇ ਤੋਂ ਦੱਸ ਰਹੇ ਸੀ ਕਿ ਹੈਡੇਕ ਹੁੰਦੀ ਹੈ ਰੋਜ਼ ਸਵੇਰੇ ਉੱਠ ਕੇ, ਅਤੇ ਮੇਰੀ ਤੁਹਾਨੂੰ ਇਹੀ ਰਿਕੁਐਸਟ ਰਹੇਗੀ ਜੀ, ਇੱਕ ਤਾਂ ਰੋਜ਼ ਸੌਣ ਲੱਗਿਆਂ ਗਰਮ ਪਾਣੀ ਪੀਣਾ ਵਾ ਆਪਾਂ ਔਰ ਉਹ ਗਰਮ ਪਾਣੀ ਚਾਹ ਜਿੰਨਾ ਗਰਮ ਹੋਣਾ ਚਾਹੀਦਾ ਵਾ। ਅੱਛਾ, ਦੂਸਰੀ ਚੀਜ਼ ਮਗਾਂ, ਮਗਾਂ ਜਿਹੜੀਆਂ ਨੇ ਬੜੀ ਹੀ ਵਧੀਆ ਚੀਜ਼ ਨੇ, ਪਾਈਪਰ ਲੌਂਗਮ ਆਪਾਂ ਉਹਨੂੰ ਕਹਿੰਦੇ ਹਾਂ, ਪੁਰਾਣੇ ਜ਼ਮਾਨੇ 'ਚ ਅਚਾਰਾਂ 'ਚ ਪਾਈਦੀਆਂ ਸੀ, ਅੱਜ ਆਪਾਂ ਭੁੱਲ ਚੁੱਕੇ ਹਾਂ ਮਗਾਂ ਨੂੰ। ਮਗਾਂ ਬਹੁਤ ਚੰਗੀਆਂ ਨੇ ਤੁਹਾਡੇ ਵਾਸਤੇ। ਮਗਾਂ ਦੀ ਪਹਿਚਾਣ ਕੀ ਹੈ ਜੀ? ਦੇਖੋ ਅਕਸਰ ਆਪਾਂ ਮਗਾਂ ਲੈਣ 'ਤੇ ਚਲੇ ਜਾਂਦੇ ਹਾਂ, ਲੇਕਿਨ ਸਾਨੂੰ ਪਹਿਚਾਣ ਨਹੀਂ ਹੁੰਦੀ ਔਰ ਸਾਨੂੰ ਪੁਰਾਣੀਆਂ ਮਗਾਂ ਮਿਲ ਜਾਂਦੀਆਂ ਨੇ। ਮਗਾਂ ਫਰੈਸ਼ ਲੈਣੀਆਂ ਨੇ, ਮਗਾਂ ਨੂੰ ਜਦੋਂ ਮਿਲਣ ਤੋੜ ਕੇ ਦੇਖਣਾ ਆਪਾਂ, ਜਦੋਂ ਤੋੜੋਗੇ ਦੇ ਅੰਦਰ ਛੋਟੇ ਛੋਟੇ ਬੀਜ ਨੇ ਜੀ, ਜਿਹੜੇ ਛੋਟੇ ਛੋਟੇ ਬੀਜ ਨੇ ਉਹ ਵਾਈਟਿਸ਼ ਹੋਣੇ ਚਾਹੀਦੇ ਨੇ, ਉਹ ਪੁਰਾਣੇ ਅਗਰ ਨੇ ਤਾਂ ਉਹ ਵਾਈਟਿਸ਼ ਨਹੀਂ ਰਹੇ ਹੋਣਗੇ। ਨਵੀਆਂ ਮਗਾਂ ਲੈ ਕੇ ਪੀਸ ਲਵੋ,
ਕਿ ਮਗਾਂ ਦਾ ਚੂਰਨ ਚਮਚੇ ਦਾ ਪੰਜਵਾਂ ਹਿੱਸਾ ਔਰ ਇਹਦੇ ਵਾਸਤੇ ਤੇ ਖਾਸ ਤੌਰ ਤੇ ਜਿਹੜੀ ਤੁਸੀਂ ਹੈਡੇਕ ਦੀ ਪ੍ਰੋਬਲਮ ਦੱਸ ਰਹੇ ਹੋ ਮੇਰੇ ਇੱਕ ਸਪੈਸ਼ਲ ਕੰਬੀਨੇਸ਼ਨ ਆਉਂਦਾ ਵੈ ਜਿਹਦੇ 'ਚ ਉਸ ਤਖਦੂਸ ਪਿਆ ਵੈ ਮਗਾਂ ਪਈਆਂ ਨੇ ਉਸ ਤਖਦੂਸ ਹੁੰਦਾ ਜੀ ਲਿਵੈਂਡਰ ਫਲਾਰਸ ਲਿਵੈਂਡਰ ਫਲਾਰਸ ਨੂੰ ਉਸ ਤਖਦੂਸ ਕਹਿੰਦੇ ਨੇ ਸਿਫੈਲੇਗੋ ਨਾਮ ਤੋਂ ਹੈ ਸਿਫੈਲੇਗੋ US 'ਚ ਅਵੇਲੇਬਲ ਹੈ ਤੁਸੀਂ ਆਂਟੀ ਜੀ ਕੋਸ਼ਿਸ਼ ਕਰ ਸਕਦੇ ਹੋ ਸਿਫੈਲੇਗੋ ਤੁਸੀਂ ਜਿਹੜਾ ਵੈ ਉਹ ਰਾਤੀ ਸੌਣ ਲੱਗਿਆਂ ਦੋ ਕੈਪਸੂਲ ਅਤੇ ਦੋ ਕੈਪਸੂਲਸ ਮੋਰਨਿੰਗ 'ਚ ਲਵੋ ਤਾਂ ਉਹਨਾਂ ਚੀਜ਼ਾਂ ਨਾਲ ਇੰਪਰੂਵਮੈਂਟ ਮਿਲੇਗੀ ਯੂ ਵੋਂਟ ਹੈਵ ਹੈਡੇਕ ਜਿਹੜਾ ਤੁਸੀਂ ਇੰਨੀ ਦੇਰ ਤੋਂ ਪਰੇਸ਼ਾਨ ਹੋ ਤੁਹਾਨੂੰ ਫਰਕ ਪੈ ਜਾਵੇਗਾ ਔਰ ਗਰਮ ਪਾਣੀ ਜ਼ਰੂਰ ਲੈਣਾ ਜੀ ਜੀ ਲਵੈਂਡਰ ਵੈਸੇ ਹੀ ਬੜਾ ਕਾਮਿੰਗ ਬਿਲਕੁਲ ਜੀ ਸਿੰਸ ਮਨਾਇਆ ਜਾਂਦਾ ਐਜ਼ ਅ ਐਂਟੀ ਡਿਪਰੈਸੈਂਟ ਵੀ ਬੜਾ ਵਧੀਆ ਕੰਮ ਕਰਦਾ ਲਵੈਂਡਰ ਵੈਰੀ ਗੁੱਡ ਐਂਟੀ ਡਿਪਰੈਸੈਂਟ ਮਾਈਗ੍ਰੇਨ 'ਚ ਬਹੁਤ ਵਧੀਆ ਕੰਮ ਕਰਦਾ ਹੈ ਮੈਮਰੀ ਨੂੰ ਇੰਪਰੂਵ ਕਰਦਾ ਵੈ ਬਾਡੀ 'ਚ ਸੀਰੋਟੋਨਿਨ ਦੇ ਲੈਵਲ ਨੂੰ ਵਧਾਉਂਦਾ ਵੈ ਮਲਟੀਪਲ ਬੈਨੀਫਿਟਸ ਆਫ ਅ ਸਿੰਗਲ ਲਵੈਂਡਰ ਅੱਛਾ ਇਹਨੇ ਬੈਨੀਫਿਟ ਦੀ ਪਰ ਕਿਸ ਫਾਰਮ ਦੇ ਵਿੱਚ ਇਹਦੇ ਫਲਾਰਸ ਜੀ ਸੁਕਾ ਕੇ ਇਹਦੇ ਫਲਾਰ ਸੁਕਾ ਕੇ ਲਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਇੱਕ ਦੂਜਾ ਤਰੀਕਾ ਮੈਂ ਦੱਸਦਾ ਹੁੰਦਾ ਜੀ ਚਾਰੋਂ ਮਗਜ ਪਲੱਸ ਲਿਵੈਂਡਰ ਫਲਾਰਸ ਇਹਨਾਂ ਨੂੰ ਮਾੜੇ ਜਿਹੇ ਦੇਸੀ ਘਿਓ 'ਚ ਭੁੰਨ ਲਵੋ ਥੋੜ੍ਹੇ ਜਿਹਾ ਵਿੱਚ ਚਮਚੇ ਦਾ ਚੌਥਾ ਹਿੱਸਾ ਵੇਸਣ ਪਾ ਲਵੋ ਭੁੰਨ ਕੇ ਦੁੱਧ ਥੋੜ੍ਹਾ ਜਿਹਾ ਪਾ ਕੇ ਉਹਦਾ ਦੁੱਧ ਪੀਓ ਬਹੁਤ ਫਾਇਦਾ ਕਰੇਗਾ ਰੀਅਲੀ ਵਾਓ ਚਲੋ ਹੋਰ ਕਾਲਸ ਲੈ ਲੈਂਦੇ ਆ ਡਾਕਟਰ ਮੋਨਿਕਾ ਤੁਹਾਡੇ ਤੋਂ ਬਾਅਦ ਗੱਲ ਕਰਦੇ ਆ ਬਹੁਤ ਬੰਦੇ ਪੁੱਛਦੇ ਨੇ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਹੋ ਜੀ ਕੀ ਸਵਾਲ ਹੈ ਤੁਹਾਡਾ ਜੀ ਅਰਵਿੰਦਰ ਮੈਂ ਸਵਾਲ ਤਾਂ ਕੋਈ ਨਹੀਂ ਮੈਂ ਤੁਹਾਡੇ ਕੋਲੋਂ ਇਹ ਰਿਕਵੈਸਟ ਤੁਹਾਡਾ ਨੰਬਰ ਲੈਣਾ ਚਾਹੁੰਦੀ ਸੀਗੀ ਹਾਂਜੀ ਨੰਬਰ ਅਸੀਂ ਦੇ ਰਹੇ ਹਾਂ ਨਾਲ ਨਹੀਂ ਜਿੱਦਾਂ ਤੁਹਾਡਾ ਪਰਸਨਲ ਨੰਬਰ ਨਹੀਂ ਹੁੰਦਾ ਮੇਰਾ ਨੰਬਰ ਕਿ ਡਾਕਟਰ ਸਾਹਿਬ ਦਾ ਨਹੀਂ ਤੁਹਾਡਾ ਚਾਹੀਦਾ ਠੀਕ ਹੈ ਜੀ ਤੁਸੀਂ ਮੈਨੂੰ ਮੈਂ ਤੁਹਾਨੂੰ ਨਾ ਨੰਬਰ ਨੋਟ ਕਰ ਲਿਆ ਮੈਂ ਤੁਹਾਨੂੰ ਬਾਅਦ ਵਿੱਚ ਫੋਨ ਕਰਾਂਗੀ ਠੀਕ ਹੈ ਜੀ ਮੇਰੀ ਫਰੈਂਡ ਹੈ ਅਮਰੀਕਾ ਤੇ ਉਹਨੇ ਨੰਬਰ ਲੈਣਾ ਤੁਹਾਡਾ ਠੀਕ ਹੈ ਨੋ ਪ੍ਰੋਬਲਮ ਮੈਂ ਤੁਹਾਨੂੰ ਬਾਅਦ ਚ ਕਰਦੀ ਹਾਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ ਹਾਂਜੀ ਅਸੀਂ ਕੈਲੀਫੋਰਨੀਆ ਤੋਂ ਬੋਲ ਰਹੇ ਹਾਂ ਹਾਂਜੀ ਮੇਰੇ ਦੋ ਕੁਐਸਚਨ ਹੈ ਇੱਕ ਤਾਂ ਮੇਰੇ ਫਾਦਰ ਇਨ ਲਾਅ ਨੂੰ ਮਤਲਬ ਜਿਗਰ ਕੈਂਸਰ ਹੋ ਗਿਆ ਕੋਈ ਇਲਾਜ ਹੈਗਾ ਉਹਨਾਂ ਦਾ ਦੇਖੋ ਜੀ ਲਿਵਰ ਕੈਂਸਰ ਦੀ ਆਪਾਂ ਗੱਲ ਕਰ ਰਹੇ ਹਾਂ ਅਗਰ ਮੈਂ ਇੱਕ ਸ਼ਬਦ ਅੰਦਰ ਇਸ ਤਰ੍ਹਾਂ ਹੀ ਤੁਹਾਨੂੰ ਬੋਲ ਦਵਾਂਗਾ ਨਾ ਕਿ ਹਾਂਜੀ ਇਲਾਜ ਹੈ ਜਾਂ ਨਹੀਂ ਹੈ ਉਹ ਇੱਕ ਝੂਠ ਹੋਏਗਾ ਕਿਉਂਕਿ ਦੇਖੋ ਲਿਵਰ ਕੈਂਸਰ ਦੇ ਪੇਸ਼ੈਂਟ 'ਚ ਰਿਪੋਰਟਸ ਦੇਖਣੀਆਂ ਬਹੁਤ ਜ਼ਰੂਰੀ ਨੇ ਮੈਂ 17 ਅਤੇ 18 ਦੋ ਦਿਨ ਕੈਲੀਫੋਰਨੀਆ ਅਵੇਲੇਬਲ ਹਾਂ ਜੀ ਉੱਥੇ ਫੋਗ ਫੈਸਟੀਵਲ ਹੈ ਮੈਂ ਉੱਥੇ ਆ ਰਿਹਾ ਹਾਂ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਦੀਆਂ ਰਿਪੋਰਟਸ ਦਿਖਾਓ ਅਗਰ ਉਹਨਾਂ ਦਾ ਕੋਈ ਪੈਟ ਸਕੈਨ ਕੋਈ MRI ਹੋਇਆ ਹੈ ਕਿਉਂਕਿ ਲਿਵਰ ਕੈਂਸਰ ਦੇ ਕੇਸ 'ਚ ਦੇਖਣਾ ਬੜਾ ਜ਼ਰੂਰੀ ਹੈ ਕਿ ਮੈਟਾਸਟੈਸਿਸ ਕਿੱਥੇ ਹੋਇਆ ਹੈ ਸੈਕੰਡਰੀਜ਼ ਕਿੱਥੇ ਗਈਆਂ ਨੇ ਉਸ ਕੈਂਸਰ ਦੀਆਂ ਔਰ ਕੰਡੀਸ਼ਨ 'ਤੇ ਬਹੁਤ ਕੁਝ ਡਿਪੈਂਡ ਕਰਦਾ ਵੈ ਬਹੁਤ ਅੱਛੀਆਂ ਚੀਜ਼ਾਂ ਅਵੇਲੇਬਲ ਨੇ ਆਯੁਰਵੇਦ 'ਚ ਜਿਹੜੀਆਂ ਫਾਇਦਾ ਕਰ ਸਕਦੀਆਂ ਨੇ ਇੱਕ ਵਾਰੀ ਕੰਡੀਸ਼ਨ ਦੇਖਣ ਤੋਂ ਬਾਅਦ ਮੈਂ ਦੱਸ ਸਕਦਾ ਹਾਂ ਜੀ ਹਾਂਜੀ ਹਾਂਜੀ ਤੇ ਤੁਸੀਂ ਕਿੱਥੇ ਆ ਕਿਹੜੀ ਸਿਟੀ 'ਚ ਆ ਰਹੇ ਕੈਲੀਫੋਰਨੀਆ ਕੈਲੀਫੋਰਨੀਆ 'ਚ ਜੀ ਮੈਂ ਫਰੇਮੌਂਟ ਆਵਾਂਗਾ ਜੀ ਫਰੇਮੌਂਟ 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 ਹਾਂਜੀ 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 ਅਸੀਂ ਫਰੇਮੌਂਟ ਹੀ ਰਹਿੰਦੇ ਹਾਂ ਜੀ ਬਸ ਫਿਰ ਤੁਹਾਡੇ ਕੋਲ ਹੀ ਆ ਰਹੇ ਹਾਂ ਜੀ 17 ਔਰ 18 ਨੂੰ ਮੈਂ ਅਵੇਲੇਬਲ ਰਵਾਂਗਾ ਉੱਥੇ ਠੀਕ ਹੈ ਜੀ ਫੋਨ ਨੰਬਰ ਅਸੀਂ ਏਅਰ ਕਰ ਰਹੇ ਹਾਂ ਲਿਖ ਕੇ ਆ ਰਿਹਾ ਤੁਹਾਡੇ ਕੋਲ ਕੈਲੀਫੋਰਨੀਆ ਦਾ ਨੰਬਰ ਵੀ ਤੇ ਤੁਸੀਂ ਨੋਟ ਕਰ ਲਿਓ ਤੇ ਇਹਨਾਂ ਨੂੰ ਕੰਟੈਕਟ ਕਰ ਲਓ ਠੀਕ ਹੈ ਓਕੇ ਜੀ ਜਿਹੜਾ ਦੂਸਰਾ ਕੁਐਸਚਨ ਇੱਕ ਹੋਰ ਹੈ ਡਾਕਟਰ ਸਾਹਿਬ ਹਾਂਜੀ ਦੱਸੋ ਹਾਂਜੀ ਹਾਂਜੀ ਮੇਰੇ ਨੈਫਿਊ ਆ ਜਿਵੇਂ ਅੱਜ ਕੱਲ ਮੁੰਡੇ ਡਰੱਗ ਲੈ ਰਹੇ ਹਨ 3 ਸਾਲ ਹੋ ਗਏ ਆ ਤੁਸੀਂ ਕੀ ਇਲਾਜ ਕਰ ਦਿਓਗੇ ਬਿਲਕੁਲ ਜੀ ਦੇਖੋ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਹਾਂ ਕੋਈ ਵੀ ਐਡਿਕਸ਼ਨ ਅਗਰ ਕਿਸੇ ਨੂੰ ਹੋ ਗਿਆ ਹੈ ਆਪਾਂ ਆਚਾਰਿਆ ਚਰਕ ਨੇ ਅੰਸ਼ ਆਂਸ਼ ਕਲਪਨਾ ਦੇ ਤਰੀਕੇ ਦੇ ਨਾਲ ਉਹ ਛੁਡਵਾਉਣ ਦੇ ਵਾਸਤੇ ਦੱਸਿਆ ਹੋਇਆ ਹੋਰ ਵੀ ਪੇਸ਼ੈਂਟਸ ਨੇ ਮੇਰੇ ਕੋਲ ਕਾਫੀ ਅੱਛੇ US ਦੇ ਜਿਨ੍ਹਾਂ ਨੂੰ ਆਪਾਂ ਉਸ ਟੈਕਨੀਕ ਦੇ ਨਾਲ ਹੌਲੀ ਹੌਲੀ ਕਰਦੇ ਜਿਹੜੀ ਡਰੱਗ ਦੀ ਐਡਿਕਸ਼ਨ ਹੋਈ ਹੁੰਦੀ ਹੈ ਆਪਾਂ ਉਹਦੀ ਡੋਜ਼ ਰਿਡਿਊਸ ਕਰਦੇ ਚਲੇ ਜਾਂਦੇ ਹਾਂ ਇਧਰੋਂ ਆਯੁਰਵੇਦ 'ਚ ਆਪਾਂ ਮੇਧੇ ਰਸਾਇਣ ਨਾਲ ਦੇਣੇ ਹੁੰਦੇ ਨੇ ਕੁਝ ਛੋਟੇ ਛੋਟੇ ਲਾਈਫ ਸਟਾਈਲ ਚੇਂਜਸ ਥੋੜ੍ਹਾ ਜਿਹਾ ਪ੍ਰਾਣਾਯਾਮ ਅਤੇ ਮੇਧੇ ਰਸਾਇਣ ਜਦੋਂ ਨਾਲ ਦਿੱਤੇ ਜਾਂਦੇ ਨੇ ਬੱਚੇ ਦਾ ਥੋੜ੍ਹਾ ਜਿਹਾ ਮਨ ਬਣਿਆ ਹੋਣਾ ਚਾਹੀਦਾ ਜੀ ਕਿਵੇਂ ਡਰੱਗਸ ਛੱਡਣੇ ਨੇ ਉਹ ਬੜੀ ਆਰਾਮ ਨਾਲ ਡਰੱਗਸ ਛੱਡ ਪਾਉਂਦਾ ਵਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਛੱਡਣਾ ਚਾਹੁੰਦਾ ਪਰ ਅਸੀਂ ਹੁਣ ਉਹਨਾਂ ਨੂੰ ਪਹਿਲਾਂ ਉੱਥੇ ਦੂਰ ਰਹਿੰਦੇ ਸੀ ਕੈਲੀਫੋਰਨੀਆ ਸਾਡੇ ਕੋਲ ਰਹਿ ਰਿਹਾ ਇਸੇ ਕਰਕੇ ਮੈਂ ਤੁਹਾਨੂੰ ਕਾਲ ਕੀਤਾ ਤੇ ਤੁਸੀਂ ਕੈਲੀਫੋਰਨੀਆ ਦਾ ਮਤਲਬ ਜੀ ਨੰਬਰ ਮੈਂ ਨੋਟ ਕਰ ਲਿਆ ਹਾਂਜੀ 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 ਉਹੀ ਬਹੁਤ ਆਈ ਥਿੰਕ ਮਾਲਕ ਨੇ ਚਾਹਿਆ ਜੀ ਤੇ ਬੜੀ ਜਲਦੀ ਆਪਾਂ ਬੱਚੇ ਨੂੰ ਇਸ ਤੋਂ ਬਾਹਰ ਲੈ ਕੇ ਆਵਾਂਗੇ ਕਿਉਂਕਿ ਹੋਰ ਵੀ ਬੱਚੇ ਜਿਹੜੇ ਨੇ ਉਹ ਆਯੁਰਵੇਦ ਦੀ ਮਦਦ ਨਾਲ ਡਰੱਗਸ ਛੱਡ ਪਾਏ ਨੇ ਤੇ ਇਹਦੇ ਕੇਸ 'ਚ ਵੀ ਬੱਚੇ ਦੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਓਕੇ ਥੈਂਕ ਯੂ ਸੋ ਮਚ ਇਹ ਤਾਂ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਕਿਉਂਕਿ ਬਹੁਤ ਜਿਹੜਾ ਚੈਲੰਜਿੰਗ ਯੂ ਨੋ ਹੈਲਥ ਇਸ਼ੂ ਹੈਗਾ ਹੈ ਔਰ ਸਪੈਸ਼ਲੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿਸੇ ਵੀ ਇਲਾਜ ਵਾਸਤੇ ਇੱਕ ਆਪਣੀ ਕਹਿੰਦੇ ਨਾ ਕਿ ਬਿਲ ਹੋ ਜਾਏ ਕਿ ਹਾਂ ਮੈਂ ਛੱਡਣਾ ਔਰ ਆਚਾਰਿਆ ਚਰਕ ਨੇ ਜੀ ਬਹੁਤ ਵਧੀਆ ਮੈਂਸ਼ਨ ਕੀਤਾ ਦੇ ਅੰਦਰ ਅੰਸ਼ ਆਂਸ਼ ਕਲਪਨਾ ਅੰਸ਼ ਆਂਸ਼ ਕਲਪਨਾ ਦਾ ਮਤਲਬ ਇਹ ਹੈ ਕਿ ਇੱਕ ਚੀਜ਼ ਦੀ ਅਗਰ ਆਦਤ ਪੈ ਚੁੱਕੀ ਹੈ ਝਟਕੇ ਨਾਲ ਨਾ ਛੁਡਵਾਓ ਡੇਲੀ ਹਲਕੀ ਹਲਕੀ ਡੋਜ਼ ਟੇਪਰ ਡਾਊਨ ਕਰਦੇ ਜਾਓ ਘਟਾਉਂਦੇ ਘਟਾਉਂਦੇ ਬੈਕ ਐਂਡ ਤੋਂ ਸਪੋਰਟਿਵ ਲਾਈਫ ਸਟਾਈਲ ਸਪੋਰਟਿਵ ਡਾਈਟ ਸਪੋਰਟਿਵ ਹਰਬਸ
ਹੌਲੀ ਹੌਲੀ ਬੱਚਾ ਬੜੀ ਆਰਾਮ ਨਾਲ ਛੱਡ ਦਿੰਦਾ, ਪਤਾ ਵੀ ਨਹੀਂ ਚੱਲਦਾ ਉਹਨੂੰ, ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਹੈ, ਕਿਉਂਕਿ ਜਿਹੜੀ ਕ੍ਰੈਵਿੰਗ ਹੈ ਮੁਸ਼ਕਿਲ ਤਾਂ ਉਹੀ ਆਉਣੀ ਹੈ, ਉਹੀ ਜਦੋਂ ਨਹੀਂ ਹੋਣ ਦਿੰਦੇ ਤਾਂ ਬੜੀ ਆਰਾਮ ਨਾਲ ਬੱਚਾ ਉਸ ਅਲਾਮਤ ਤੋਂ ਜਿਹੜਾ ਬਾਹਰ ਨਿਕਲ ਆਉਂਦਾ ਵਾ। ਉਹ ਤਾਂ ਬਹੁਤ ਵਧੀਆ ਗੱਲ ਹੈ, ਅਗਰ ਇਹ ਸਕਸੈਸਫੁਲ ਹੋ ਜਾਏ ਕਿੰਨਾ ਹੀ ਬੱਚਾ ਜਿਹੜਾ ਸਾਡਾ। ਬਿਲਕੁਲ, ਬਹੁਤ ਵਧੀਆ ਜੀ। ਸੋ ਲੈਟ ਮੀ ਟੇਕ ਵਨ ਮੋਰ ਕਾਲ, ਐਂਡ ਬਿਫੋਰ ਆਈ ਟੇਕ ਦ ਕਾਲ ਆਈ ਐਮ ਗੋਇੰਗ ਟੂ ਗੋ ਔਨ ਬ੍ਰੇਕ, ਐਂਡ ਮੈਂ ਫਿਰ ਵੀ ਕਾਲਾਂ ਤੁਹਾਡੀਆਂ ਈਵਨ ਬ੍ਰੇਕ ਦੇ ਉੱਤੇ ਲੈਂਦੀ ਰਹਾਂਗੀ। ਸੋ ਲੈਟਸ ਮੀਟ ਆਫਟਰ ਦ ਬ੍ਰੇਕ। ਵੈਲਕਮ ਬੈਕ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਐਜ਼ ਵੈਲ ਐਜ਼ ਯੂ ਨੋ ਆਨਸਰਿੰਗ ਸੋ ਮੈਨੀ ਕੁਐਸਚਨਸ। ਔਰ ਬ੍ਰੇਕ 'ਤੇ ਵੀ ਮੈਂ ਤੁਹਾਨੂੰ ਕੋਈ ਬ੍ਰੇਕ ਨਹੀਂ ਦੇ ਰਹੀ ਕਿਉਂਕਿ ਸਾਰੇ ਕੁਐਸਚਨਸ ਅਸੀਂ ਲੈ ਰਹੇ ਹਾਂ ਉਸ ਵੇਲੇ ਵੀ। ਸੋ ਕਰਮਜੀਤ ਦਾ ਫੋਨ ਹੁਣੇ ਹੈਗਾ ਹੈ, ਐਂਡ ਸ਼ੀ ਇਜ਼ ਔਨ ਦ ਲਾਈਨ। ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ, ਹਾਂਜੀ ਮੈਮ, ਤੁਸੀਂ ਕੀ ਦੱਸ ਰਹੇ ਸੀ? ਇੱਕ ਤਾਂ ਤੁਹਾਨੂੰ ਫਰਕ ਪਿਆ ਨਾ ਉਸ ਡਾਕਟਰ ਸਾਹਿਬ ਦੇ, ਹਾਂਜੀ ਐਨਰਜੀ 'ਚ ਬਹੁਤ ਫਰਕ ਪਿਆ। ਹਾਂਜੀ ਲਾਸਟ ਟਾਈਮ ਮੈਂ ਥਾਇਰਾਇਡ ਤੇ ਤਾਂ ਮੈਂ ਡਾਇਬਟੀਜ਼ ਦਾ ਇਹਨਾਂ ਤੋਂ ਕੁਐਸਚਨ ਸਰ ਤੋਂ ਪੁੱਛਿਆ ਸੀ। ਇਹਨਾਂ ਨੇ ਮੈਨੂੰ ਮੇਥਰੇ, ਅਜਵਾਇਨ ਤੇ ਕਲੌਂਜੀ ਦੱਸਿਆ ਸੀ, 2.5-2.5 ਗ੍ਰਾਮ ਲੈਣੇ ਗਰਮ ਪਾਣੀ ਨਾਲ 2 ਟਾਈਮ ਦਿਨ ਦੇ ਵਿੱਚ। ਤੇ ਪਰ ਹੁਣ ਇੱਕ ਚੌਥੀ ਚੀਜ਼ ਇਹਨਾਂ ਨੇ ਹੋਰ ਮੈਂਸ਼ਨ ਕੀਤੀ ਸੀ, ਉਹ ਪਲੀਜ਼ ਦੱਸ ਦੇਣਾ ਸਰ ਵੀ ਉਹ ਵੀ ਕਿਹੜੀ ਐਡ ਕਰਨੀ ਵਿੱਚ। ਮੈਂ 3 ਚੀਜ਼ਾਂ ਹੀ ਲੈ ਰਹੀ ਸੀ ਪਰ ਉਹਦੇ ਨਾਲ ਹੀ ਮੈਨੂੰ ਨੈਕਸਟ ਹੀ ਜਾਣਾ 2 ਦਿਨ ਲੈਣ ਤੋਂ ਬਾਅਦ ਹੀ ਬੜਾ ਫਰਕ ਮਹਿਸੂਸ ਹੋਇਆ, ਮਤਲਬ ਐਨਰਜੀ ਲੈਵਲ ਅਪ ਹੋ ਗਿਆ। ਮੈਂ ਆਪਣੀ ਕਿਚਨ ਕਲੀਨ ਕਰ ਲਈ ਸੀ ਉੱਠ ਕੇ ਨਾ ਲੈਣ ਤੋਂ ਬਾਅਦ ਮੋਰਨਿੰਗ ਦੇ, ਮੈਨੂੰ ਲੈ ਕੇ ਇੰਨਾ ਚੰਗਾ ਲੱਗਦਾ ਸੀ ਕਿ ਮੈਂ ਲਵਾਂ ਤੇ ਮੈਂ ਇਹਦੇ ਨਾਲ ਠੀਕ ਹੋ ਜੂੰਗੀ, ਮੈਨੂੰ ਐਨਰਜੀ ਮਿਲੂਗੀ ਜਿੱਦਾਂ। ਫਿਰ ਉਸ ਤੋਂ ਬਾਅਦ ਮੈਂ ਹੁਣ ਇਹ ਕੁਐਸਚਨ ਐਕਚੁਲੀ ਮੇਰੇ ਸੀਗਾ ਕਿ ਮੈਂ ਪਾਊਡਰ ਫਾਰਮ ਦੇ ਵਿੱਚ ਆਪਣੇ ਆਪ ਹੀ ਲੈਣਾ ਸਟਾਰਟ ਕਰਤਾ ਸੀ, ਪਲੀਜ਼ ਮੈਂਸ਼ਨ ਕਰ ਦੇਣਾ ਪਾਊਡਰ ਫਾਰਮ 'ਚ ਲੈਣਾ, ਇੱਕ ਬੇਬੀ ਫੀਡ ਦੇ ਵਿੱਚ ਸੇਫ ਹੈ ਜਾਂ ਨਹੀਂ। ਇੱਕ ਮੈਂ ਆਇਲ ਬਾਰੇ ਪੁੱਛਣਾ ਸੀ ਕਿ ਜੇ ਤੁਸੀਂ ਆਪਾਂ ਡਾਇਬਟੀਜ਼ ਦੇ ਵਿੱਚ ਕਿਹੜਾ, ਜੇ ਥਾਇਰਾਇਡ ਤੇ ਡਾਇਬਟੀਜ਼ ਦੇ ਵਿੱਚ ਕਿਹੜਾ ਆਇਲ ਜਾਂ ਘਿਓ ਕਿੰਨਾ ਕੁ ਯੂਜ਼ ਕਰ ਸਕਦੇ ਹਾਂ, ਕਿਹੜਾ ਲੈ ਸਕਦੇ ਹਾਂ, ਤੇ ਫੂਡ ਕਿੱਦਾਂ ਦਾ, ਰੋਟੀ ਮਤਲਬ ਰੋਟੀ ਦੀ ਜਗ੍ਹਾ ਤੇ ਕਿਹੜਾ ਹੋਰ ਆਟਾ ਯੂਜ਼ ਕਰ ਸਕਦੇ ਹਾਂ, ਪਲੀਜ਼ ਦੱਸ ਦੇਣਾ। ਤੁਸੀਂ ਪੁੱਛ ਰਹੇ ਸੀ ਨਾ ਕਿ ਰਾਈਸ ਤੁਹਾਨੂੰ ਥੋੜਾ ਮਨਾ ਕੀਤੇ ਹੋਏ ਡਾਇਬਟੀਜ਼ ਕਰਕੇ, ਉਹ ਵੀ ਡਾਕਟਰ ਸਾਹਿਬ। ਹਾਂਜੀ, ਸਭ ਤੋਂ ਪਹਿਲਾਂ ਤਾਂ ਥੈਂਕਸ ਜੀ, ਤੁਸੀਂ ਪ੍ਰੋਪਰ ਫੋਲੋ ਕੀਤਾ, ਬੜਾ ਅੱਛਾ ਲੱਗਦਾ ਵਾ ਜਦੋਂ ਚੀਜ਼ਾਂ ਫੋਲੋ ਕੀਤੀਆਂ ਜਾਣ। ਔਰ ਤੁਸੀਂ ਪਾਊਡਰ ਫੋਰਮ 'ਚ ਲੈ ਰਹੇ ਹੋ, ਬਹੁਤ ਚੰਗਾ ਕਰ ਰਹੇ ਹੋ, ਪਾਊਡਰ ਫੋਰਮ ਬਾਡੀ ਉਸਤੇ ਐਬਜ਼ੋਰਬ ਕਰਨਾ ਈਜ਼ੀ ਹੋ ਜਾਂਦਾ ਵਾ। ਔਰ ਜਿਹੜੀ ਚੀਜ਼ ਮਿਸਿੰਗ ਹੈ ਵਿੱਚ ਉਹ ਚੰਦਰਸ਼ੂਰ ਹੈ, ਚੰਦਰਸ਼ੂਰ ਵੀ ਇੱਕ ਹਰਬ ਹੈ, ਈਜ਼ੀਲੀ ਮਿਲ ਜਾਂਦੀ ਹੈ ਚੰਦਰਸ਼ੂਰ। ਤੁਸੀਂ ਨੈੱਟ 'ਤੇ ਚੰਦਰਸ਼ੂਰ ਲਿਖੋਗੇ, ਉਹਦੀ ਫੋਟੋ ਵੀ ਆ ਜਾਏਗੀ, ਉਹਦਾ ਬੋਟੈਨੀਕਲ ਨੇਮ ਵੀ ਆ ਜਾਏਗਾ, ਉਹ ਤੁਸੀਂ ਐਡ ਕਰ ਸਕਦੇ ਹੋ। ਔਰ ਬੇਬੀ ਫੀਡ ਦੀ ਆਪਾਂ ਗੱਲ ਕਰ ਰਹੇ ਹਾਂ, ਬੇਬੀ ਵਾਸਤੇ ਬਹੁਤ ਚੰਗਾ ਜੀ, ਅਗਰ ਤੁਸੀਂ ਇੱਕ ਮਦਰ ਲੈਕੇਟਿੰਗ ਮਦਰ ਚਤੁਰਬੀਜ ਨੂੰ ਲੈਂਦੇ ਨੇ ਤਾਂ ਬੱਚੇ ਨੂੰ ਵੀ ਉਹਦਾ ਫਾਇਦਾ ਮਿਲਦਾ, ਕਿਉਂਕਿ ਬੱਚੇ ਦੇ ਹਾਰਮੋਨਸ ਜਿਹੜੇ ਨੇ ਉਹ ਵਧੀਆ ਬਣਦੇ ਨੇ, ਤਾਂ ਤੁਸੀਂ ਲੈ ਸਕਦੇ ਹੋ। ਔਰ ਆਇਲ ਦੀ ਤੁਸੀਂ ਗੱਲ ਕੀਤੀ ਹੈ ਜੀ, ਆਇਲ 'ਚ ਅਲਸੀ ਦਾ ਤੇਲ ਤੁਸੀਂ 100 ਮਿਲੀਗ੍ਰਾਮ 100 mg ਆਫ ਅਲਸੀ ਤੇਲ ਤੁਸੀਂ ਜਿਹੜਾ 100 ਗ੍ਰਾਮ ਪਾ ਲਓ, 100 ਗ੍ਰਾਮ ਅਲਸੀ ਤੇਲ 1 ਲੀਟਰ ਦੂਜੇ ਤੇਲ ਦੇ ਅੰਦਰ, ਤੁਸੀਂ ਜਿਹੜਾ ਵੀ ਆਇਲ ਯੂਜ਼ ਕਰ ਰਹੇ ਹੋ, ਰਾਈਸ ਬ੍ਰੈਨ ਆਇਲ ਜਾਂ ਤੁਸੀਂ ਸੋਇਆਬੀਨ ਆਇਲ ਯੂਜ਼ ਕਰ ਰਹੇ ਹੋ, ਕੋਈ ਵੀ ਆਇਲ ਯੂਜ਼ ਕਰ ਰਹੇ ਹੋ, ਉਹਦੇ 'ਚ ਕੋਸ਼ਿਸ਼ ਕਰੋ 100 ਗ੍ਰਾਮ ਅਲਸੀ ਦਾ ਤੇਲ ਐਡ ਕਰੋ, ਉਹ ਅਲਸੀ ਦਾ ਤੇਲ ਜਿਹੜਾ ਵਾ ਤੁਹਾਨੂੰ ਫਾਇਦਾ ਕਰੇਗਾ ਕਾਫੀ ਜ਼ਿਆਦਾ, ਡਾਇਬਟੀਜ਼ 'ਚ ਵੀ ਫਾਇਦਾ ਕਰੇਗਾ, ਠੀਕ ਹੈ ਜੀ? ਹਾਂਜੀ, ਮੈਂ ਉਹ ਐਕਚੁਅਲੀ ਬੇਬੀ ਵੀ ਉਹਨਾਂ ਦਾ ਰੋ ਰਿਹਾ ਅਤੇ ਯੂ ਨੋ ਕੁਐਸਚਨ ਅਸੀਂ ਗੱਲ ਹੀ ਚੁੱਕੇ ਸੀ, ਅਤੇ ਉਹੀ ਉਹਨਾਂ ਦਾ ਇਹ ਵੀ ਹੈਗਾ ਕਿ ਰਾਈਸ ਵਗੈਰਾ ਜਿਹੜਾ ਕੀ ਖਾਣਾ ਚਾਹੀਦਾ? ਦੇਖੋ, ਰਾਈਸ ਅੰਦਰ ਬੜੀ ਵਾਰੀ ਬੰਦਾ ਸੋਚ ਲੈਂਦਾ ਕਿ ਡਾਇਬਟਿਕ ਪੇਸ਼ੈਂਟ ਨੂੰ ਰਾਈਸ ਨਹੀਂ ਲੈਣੇ ਚਾਹੀਦੇ, ਦੈਟ ਇਜ਼ ਬਾਸਮਤੀ, ਬਾਸਮਤੀ ਨਹੀਂ ਲੈਣਾ ਚਾਹੀਦਾ। ਓਕੇ, ਜਿਹੜੇ ਪਰਮਲ ਨੇ ਉਹਨਾਂ ਦਾ ਇੰਨਾ ਨੁਕਸਾਨ ਨਹੀਂ ਹੈ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਸਟਾਰਚ ਫਰੀ ਰਾਈਸ ਲਿੱਤੇ ਜਾਣ, ਚੌਲਾਂ ਦਾ ਪਾਣੀ ਸੁੱਟ ਕੇ ਚਾਵਲ ਬਣਾਓ, ਦੈਨ ਉਹ ਇੰਨਾ ਨੁਕਸਾਨ ਨਹੀਂ ਕਰਦੇ ਜੀ। ਸੋ ਕਿਸ ਤਰ੍ਹਾਂ ਮੋਨਿਕਾ ਜੀ, ਉਹਨੂੰ ਮਤਲਬ ਕੱਢ ਲਓ, ਸਟਾਰਚ ਕੱਢ ਲਓ ਉਹਦੀ ਪਹਿਲਾਂ ਜਦੋਂ ਬੋਇਲ ਕਰਕੇ, ਰਾਈਸ ਨੂੰ ਹਾਂ ਬੋਇਲ ਕਰਕੇ ਉੱਪਰੋਂ ਤੁਸੀਂ ਉਹਦਾ ਜਿਹੜਾ ਪਾਣੀ ਹੈ ਉਹਨੂੰ ਨਿਕਾਲੋ, ਸਟ੍ਰੇਨ ਕਰ ਲਓ, ਔਰ ਫਿਰ ਬਸ ਉਹ ਰਾਈਸ ਤੁਸੀਂ ਲੈ ਸਕਦੇ ਹੋ। ਬਹੁਤ ਵਧੀਆ। ਔਰ ਚਾਵਲ ਬਾਸਮਤੀ ਨਹੀਂ ਜੀ, ਆਪਾਂ ਸੋਚਦੇ ਹਾਂ ਬਾਸਮਤੀ ਬਹੁਤ ਚੰਗੀ ਹੈ, ਬਾਸਮਤੀ ਟੇਸਟੀ ਬਹੁਤ ਹੈ, ਲੇਕਿਨ ਜ਼ਿਆਦਾ ਚੰਗੇ ਨੇ ਜਿਹੜੇ ਪਰਮਲ ਨੇ ਜੀ, ਕੋਸ਼ਿਸ਼ ਉਹਦੀ ਕਰਨੀ ਹੈ ਆਪਾਂ। ਠੀਕ ਹੈ, ਸੋ ਬਾਸਮਤੀ ਤਾਂ ਵਾਕਈ ਅਸੀਂ ਸਿਰਫ ਬਾਸਮਤੀ ਯੂਜ਼ ਕਰਦੇ ਹਾਂ, ਵਿਚ ਇਜ਼ ਟੇਸਟ ਵਾਸਤੇ ਅੱਛੀ ਹੈ, ਇਟਸ ਗੁੱਡ ਫॉर ਟੇਸਟ, ਬਟ ਅਦਰਵਾਈਜ਼ ਡਿਜ਼ੀਜ਼ਿਸ ਦਾ ਕਾਰਕ ਮੰਨੀ ਗਈ ਹੈ, ਕਿਉਂਕਿ ਟਫ ਟੂ ਡਾਈਜੈਸਟ, ਜਿਹੜੀ ਵੀ ਚੀਜ਼ ਪਚਨ 'ਚ ਔਖੀ ਹੈ। ਹੁਣ ਤੁਸੀਂ ਦੇਖੋ ਮਾਵਾਂ ਦੀ ਵੀ ਅਗਰ ਕੋਈ ਗੱਲ ਕਰਦਾ ਤਾਂ ਲੋਕੀ ਕਹਿੰਦੇ ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਸਵਾਦੀ, ਵੈਸੇ ਕਰਕੇ ਕਹਿੰਦੇ ਨੇ ਪਚਾਣਾ ਔਖਾ ਵੈ, ਔਰ ਆਈ ਦੀ ਰੇਟ 'ਚ ਸਾਡੀ ਡਾਈਜੈਸਟਿਵ ਫਾਇਰਸ ਉਨੇ ਚੰਗੇ ਰਹਿ ਨਹੀਂ ਗਏ, ਕਿਤੇ ਨਾ ਕਿਤੇ ਉਨੀ ਅੱਛੀ ਡਾਈਜੈਸ਼ਨ ਹੈ ਨਹੀਂ ਹੈ। ਆਪਾਂ ਲੋਕ ਐਸੀਆਂ ਚੀਜ਼ਾਂ ਖਾ ਲੈਂਦੇ ਜਿਹੜੀਆਂ ਨਿਊਟ੍ਰੀਸ਼ਨ 'ਚ ਬਹੁਤ ਚੰਗੀਆਂ ਨੇ, ਹੁਣ ਪੁਰਾਣੇ ਜ਼ਮਾਨੇ 'ਚ ਸਾਡੇ ਦਾਦੇ ਨਾਨੇ ਜੀ ਜਿਹੜੇ ਨੇ ਉਹਨਾਂ ਦੀ ਡਾਈਜੈਸ਼ਨ ਬਹੁਤ ਚੰਗੀ ਸੀ, ਉਹਨਾਂ ਨੂੰ ਬਾਸਮਤੀ ਬਹੁਤ ਚੰਗੀ ਸੀ। ਸਾਡੇ ਲੋਕਾਂ ਵਾਸਤੇ ਫਿਜ਼ੀਕਲ ਵਰਕ ਘੱਟ ਹੈ, ਬਾਸਮਤੀ ਨੂੰ ਡਾਈਜੈਸਟ ਕਰਨਾ ਕੰਪੈਰੀਟਿਵਲੀ ਟਫਰ ਹੈ। ਅੱਛਾ, ਸੋ ਪਰਮਲ ਇਜ਼ ਦਾ ਪ੍ਰੈਫਰਡ। ਯਾ, ਇੱਕ ਉਹਨਾਂ ਨੇ ਆਟੇ ਦੀ ਗੱਲ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਹੀ ਕਵਾਂਗੇ ਕਿ ਉਹ ਆਪਣੇ ਆਟੇ ਦੇ ਵਿੱਚ ਬੇਸਨ ਵਾਲਾ ਆਟਾ ਮਿਕਸ ਕਰਕੇ
ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਅਰਵਿੰਦ ਜੀ, ਹਾਂਜੀ ਸੁਦਰਸ਼ਨ ਜੀ ਦੱਸੋ ਕੀ ਕਹਿੰਦੇ ਹੋ। ਸਰ ਡਾਕਟਰ ਨਮਸਕਾਰ। ਨਮਸਕਾਰ ਜੀ। ਹਾਂਜੀ ਮੇਰਾ ਕੁਐਸਚਨ ਹੈ ਛੋਟਾ ਜਿੰਨਾ, ਆਮ 83 ਇਅਰ ਓਲਡ। ਹਾਂਜੀ ਹਾਂਜੀ। ਪਰ ਮੈਂ ਡਾਇਬੀਟਿਕ ਹਾਂ, ਲੇਕਿਨ ਮੇਰੀ ਹੁਣ ਕੱਲ ਰਿਪੋਰਟ ਆਈ ਹੈ ਤੇ 6.0 ਹੈ ਮੇਰੀ ਜਿਹੜੀ ਹੈਗੀ ਸ਼ੂਗਰ ਲੈਵਲ। ਜੀ ਜੀ ਜੀ। ਤੇ ਮੈਂ 2 ਟਾਈਮ ਦਵਾਈ ਲੈਣੀ ਹੈ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ 2 ਟਾਈਮ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਇਸ ਸਟੇਜ ਵਿੱਚ। ਦੇਖੋ ਤੁਹਾਡਾ HbA1c ਜਿਹੜਾ ਆਇਆ ਵਾ ਉਹ 6.0 ਆਇਆ। ਹਾਂ, ਦੈਟ ਇਜ਼ ਅ ਗੁੱਡ ਥਿੰਗ। ਤੁਸੀਂ ਸਿਰਫ ਇਹ ਦੇਖਣਾ ਵਾ ਕਿ ਤੁਹਾਡੀ ਮੈਡੀਸਿਨ ਅੰਦਰ ਮੈਟਫੋਰਮਿਨ ਕਿੰਨੀ ਪਈ ਹੈ। ਜਿਹੜੀ ਮੈਟਫੋਰਮਿਨ ਹੈ ਜੀ, ਮੈਟਫੋਰਮਿਨ ਸਰੀਰ ਨੂੰ ਨੁਕਸਾਨ ਕਰਦੀ ਹੈ। ਤੁਸੀਂ ਇਹ ਕਰ ਸਕਦੇ ਹੋ ਕਿ ਦਿਨ 'ਚ ਅਗਰ ਤੁਸੀਂ 2 ਟਾਈਮ ਦਵਾਈ ਲੈ ਰਹੇ ਹੋ। ਮੈਂ ਹਾਂ ਰਾਤ ਨੂੰ ਲੈਂਦੀ ਹਾਂ ਇੱਕ ਗੋਲੀ, ਇੱਕ ਸਵੇਰੇ ਲੈਂਦੀ ਹਾਂ ਮੈਟਫੋਰਮਿਨ ਤੇ ਨਾਲ ਨਾਲ ਇੱਕ ਛੋਟੀ ਜਿਹੀ ਗੋਲੀ ਹੋਰ ਫਲੇਮਸਾਈਟ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਜਿਹੜੀ ਗਲਾਈਮੀਪ੍ਰਾਈਡ ਹੈ ਨੌਲੇਜ ਉਹਦਾ ਇੰਨਾ ਨੁਕਸਾਨ ਨਹੀਂ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਰਾਤ ਵਾਲੀ ਤੁਹਾਡੀ ਡੋਜ਼ਸ ਹੈ ਉਹਦੇ 'ਚ ਤੁਸੀਂ ਮੈਟਫੋਰਮਿਨ ਅੱਧੀ ਕਰ ਦਿਓ। ਉਹਦੀ ਜਗ੍ਹਾ ਦੇ ਉੱਪਰ ਤੁਸੀਂ ਮਿਰਚ ਖਾ। ਹੁਣ ਮੈਂ ਥੋੜੀ ਜਿੰਨੀ, ਵੈਸੇ ਮੈਂ ਬਿਲਕੁਲ ਐਕਟਿਵ ਆ, ਮੈਨੂੰ ਕੋਈ ਦਿੱਕਤ ਨਹੀਂ ਹੈ। ਥੋੜਾ ਜਿੰਨਾ ਆਰਥਰਾਈਟਿਸ ਆ ਗਿਆ ਹੱਥ ਦੇ ਉਂਗਲਾਂ ਦੇ ਵਿੱਚ, ਇੰਨਾ ਜ਼ੋਰ ਨਹੀਂ ਹੈ, ਸਟਰੈਂਥ ਨਹੀਂ ਹੈ। ਉਹ ਮੈਂ ਫਿਜ਼ੀਓਥੈਰੇਪੀ ਤੇ ਜਾ ਰਹੀ ਹਾਂ, ਪਰ ਕੁਝ ਖਾਣ ਵਾਸਤੇ ਐਸੀ ਚੀਜ਼ ਹੈ ਜਿਹੜੀ ਮੈਂ ਲੈ ਸਕਦੀ ਹਾਂ? ਬਿਲਕੁਲ ਜੀ ਬਿਲਕੁਲ, ਤੁਸੀਂ ਮਿਰਚਾਂ ਸਟਾਰਟ ਕਰੋ। ਮਿਰਚਾਂ ਜਿਹਨੂੰ ਆਪਾਂ ਹਿੰਦੀ 'ਚ ਕਰੰਜ ਕਹਿੰਦੇ ਹਾਂ, ਬੋਟੈਨੀਕਲ ਨੇਮ ਪੋਂਗਾਮੀਆ ਪਿਨੇਟਾ ਹੈ। ਮਿਰਚਾਂ ਕੋਸ਼ਿਸ਼ ਕਰੋ, ਮੀਚਕਾਂ ਮੀਚਕਾਂ ਕਰੰਜ, ਹਿੰਦੀ 'ਚ ਇਹਨੂੰ ਕਰੰਜ ਕਹਿੰਦੇ ਆ, ਕਰੰਜ ਦੇ ਬੀਜ। ਤੁਸੀਂ ਕੋਸ਼ਿਸ਼ ਕਰੋ ਕਰੰਜ ਲੈਣਾ ਸ਼ੁਰੂ ਕਰੋ। ਉਹਦੇ ਨਾਲ ਕੀ ਹੋਏਗਾ, ਬੜੀ ਜਲਦੀ ਤੁਹਾਡੀ ਰਾਤ ਵਾਲੀ ਮੈਟਫੋਰਮਿਨ ਛੁੱਟ ਜਾਏਗੀ। ਪਲੱਸ ਕਿਉਂਕਿ ਕਰੰਜ ਇੱਕ ਮੈਟਾਬੋਲਿਕ ਕੁਰੈਕਟਰ ਹੈ, ਇਹਦੇ ਨਾਲ ਤੁਹਾਡੇ ਜਿਹੜੇ ਜੁਆਇੰਟਸ ਹਲਕੀ ਹਲਕੀ ਪੇਨ ਹੋ ਰਹੀ ਨਾ, ਉਹਦੇ 'ਚ ਵੀ ਇੰਪਰੂਵਮੈਂਟ ਆਈ। ਬਿਲਕੁਲ ਜੀ, ਡਾਇਬਟਿਕ ਨਿਊਰੋਪੈਥੀ ਇੱਕ ਕਾਮਨ ਸਾਈਡ ਇਫੈਕਟ ਹੈ ਮੈਟਫੋਰਮਿਨ ਨੂੰ ਲੰਬੇ ਸਮੇਂ ਵਾਸਤੇ ਲੈਣ ਦੇ ਨਾਲ। ਤੁਸੀਂ ਮੀਚਕਾਂ ਲਵੋ, ਮੀਚਕਾਂ ਦੇ ਨਾਲ ਨਾਲ ਤੁਸੀਂ ਥੋੜ੍ਹੀ ਅਜਵਾਇਣ ਵੀ ਖਾ ਛੱਡਿਆ ਕਰੋ। ਅਜਵਾਇਣ ਤੁਹਾਡੇ ਵਾਸਤੇ ਬਹੁਤ ਚੰਗੀ ਹੈ ਜੀ। ਅਜਵਾਇਣ ਤਾਂ ਤੁਸੀਂ ਬਿਨਾਂ ਕਿਸੇ ਉਸ ਤੋਂ ਰੋਜ਼ ਖਾਓ ਜੀ, ਤਕਰੀਬਨ ਚਮਚੇ 'ਚ ਅੱਧਾ ਹਿੱਸਾ, ਹਾਫ ਆਫ ਅ ਸਪੂਨ ਅਜਵਾਇਣ ਖਾਇਆ ਕਰੋ ਤੁਸੀਂ। ਠੀਕ ਹੈ ਠੀਕ ਹੈ ਜੀ, ਇਸੇ ਟਾਈਮ ਵੀ ਖਾ ਲਾਂ, ਕੋਈ ਦਿੱਕਤ ਨਹੀਂ। ਹਾਂਜੀ 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 ਹਾਂਜੀ। ਨਰਾਇਣਾ ਔਰ ਦੂਸਰਾ ਸੈਂਟਰ ਸਾਡਾ ਨਜ਼ਫਗੜ੍ਹ ਰੋਡ ਤੇ, ਕਾਫੀ ਵੱਡਾ ਪੰਚਕਰਮਾ ਸੈਂਟਰ ਹੈ ਦਾ ਵਾਈਟ ਲੋਟਸ ਦੇ ਨਾਮ ਤੋਂ। ਪੰਚਕਰਮਾ, ਠੀਕ ਹੈ। ਮੈਂ ਆਪਣੇ ਬ੍ਰਦਰ ਨੂੰ ਲਿਖਣਾ ਹੈ, ਉਹ ਥੋੜਾ ਜਿੰਨਾ ਉਹਨਾਂ ਵਾਸਤੇ ਮੈਂ ਪੁੱਛ ਰਹੀ ਹਾਂ। ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਹਾਂਜੀ ਵੈਲਕਮ ਬੈਕ, ਅਸੀਂ ਸ਼ਮਸ਼ੇਰ ਸਿੰਘ ਜੀ ਨਾਲ ਹੈਗੇ ਆ ਆਨਲਾਈਨ ਏਅਰ ਤੇ। ਦੱਸੋ ਸਰ ਜੀ, ਕੀ ਪੁੱਛ ਰਹੇ ਹੋ ਤੁਸੀਂ ਸਵਾਲ ਡਾਕਟਰ ਸਾਹਿਬ ਨੂੰ? ਮੈਨੂੰ ਸੀਜ਼ਰ ਦੇ ਸਿੰਪਟਮ ਆਉਂਦੇ ਆ ਬੜਾ ਸੋਚ ਕੇ ਬੜੀ ਸਮਝਦਾਰੀ ਦੇ ਨਾਲ ਲੈਣੀ ਹੈ। ਤੁਹਾਨੂੰ ਬਿਲਕੁਲ ਸਿੰਪਲ ਇੱਕ ਤਾਂ ਲਿਵੈਂਡਰ ਫਲਾਰ ਜਿਹਨਾਂ ਦੀ ਮੈਂ ਪਹਿਲੇ ਗੱਲ ਕੀਤੀ ਸੀ, ਤੁਹਾਡੇ ਵਾਸਤੇ ਬਹੁਤ ਅੱਛੇ ਨੇ। ਦੈਨ ਇੱਕ ਹਰਬ ਆਉਂਦੀ ਹੈ ਸ਼ੰਖ ਪੁਸ਼ਪੀ, ਇੱਕ ਹਰਬ ਆਉਂਦੀ ਹੈ ਵਚਾ। ਸ਼ੰਖ ਪੁਸ਼ਪੀ ਅਤੇ ਵਚਾ ਟਰਾਂਸਪਲਾਂਟਡ ਲਿਵਰ ਵਾਸਤੇ ਸੇਫ ਹੁੰਦੀਆਂ ਨੇ। ਤੁਸੀਂ ਇੱਕ ਇੱਕ ਗ੍ਰਾਮ ਦੋਨੋਂ ਲੈ ਸਕਦੇ ਹੋ, 1 ਗ੍ਰਾਮ ਆਫ ਸ਼ੰਖ ਪੁਸ਼ਪੀ, 1 ਗ੍ਰਾਮ ਆਫ ਵਚਾ। ਇਹਦੇ ਨਾਲ ਨਾਲ ਮੈਂ ਚਾਹਾਂਗਾ, ਕਿਉਂਕਿ ਤੁਹਾਡਾ ਟਰਾਂਸਪਲਾਂਟਡ ਲਿਵਰ ਦਾ ਕੇਸ ਹੈ, ਤੁਹਾਡੀ ਇੱਕ ਫਾਈਲ ਬਣੀ ਹੋਏਗੀ ਉਸ ਲਿਵਰ ਟਰਾਂਸਪਲਾਂਟੇਸ਼ਨ ਪ੍ਰੈਸ਼ਨ ਜਦੋਂ ਤੁਹਾਡੀ ਹੋਈ, ਔਰ ਕੁਛ ਮੈਡੀਸਿਨਸ ਤੁਹਾਡੀਆਂ ਚੱਲ ਰਹੀਆਂ ਹੋਣਗੀਆਂ ਇਮਿਊਨੋਸਪ੍ਰੈਸੈਂਟਸ, ਜਿਹੜੀਆਂ ਕਿ ਉਸ ਟਰਾਂਸਪਲਾਂਟਡ ਲਿਵਰ ਨੂੰ ਬੋਡੀ 'ਚ ਕੰਮ ਕਰਦੇ ਰੱਖਣ ਵਾਸਤੇ ਲੈਣੀਆਂ ਜ਼ਰੂਰੀ ਨੇ। ਅਤੇ ਤੁਸੀਂ ਪਲੀਜ਼ ਆਪਣੀਆਂ ਰਿਪੋਰਟਸ, ਆਪਣੀਆਂ ਡਿਟੇਲਸ ਅਗਰ ਪੋਸੀਬਲ ਹੈ ਸਾਨੂੰ ਫੋਰਵਰਡ ਕਰੋ, ਤਾਂ ਕਿ ਤੁਹਾਨੂੰ ਬੜਾ ਹੀ ਕੈਲਕੂਲੇਟਿਵ ਤਰੀਕੇ ਨਾਲ ਚੀਜ਼ ਦਿੱਤੀ ਜਾ ਸਕੇ। ਕਿਉਂਕਿ ਟਰਾਂਸਪਲਾਂਟਡ ਔਰਗਨ ਜਦੋਂ ਬੋਡੀ ਦੇ ਅੰਦਰ ਹੁੰਦਾ ਵੈ, ਉਦੋਂ ਆਪਾਂ ਐਸੀ ਕੋਈ ਦਵਾਈ ਨਹੀਂ ਖਾਣੀ ਜਿਹੜੀ ਇਮਿਊਨ ਸਿਸਟਮ ਨੂੰ ਪ੍ਰਮੋਟ ਕਰੇ। ਆਪਾਂ ਉਹ ਚੀਜ਼ਾਂ ਖਾਣੀਆਂ ਨੇ ਜਿਹੜੀਆਂ ਇਮਿਊਨ ਸਿਸਟਮ ਨੂੰ ਪ੍ਰਮੋਟ ਨਾ ਕਰਨ, ਤਾਂ ਕਿ ਟਰਾਂਸਪਲਾਂਟਡ ਔਰਗਨ ਦੇ ਅਗੇਂਸਟ ਕੰਮ ਨਾ ਕਰਨ। ਕਿਉਂਕਿ ਹੁੰਦਾ ਕਿ ਇੱਕ ਪਾਸੇ ਤਾਂ ਇਮਿਊਨੋਸਪ੍ਰੈਸੈਂਟਸ ਚੱਲ ਰਹੇ ਹੁੰਦੇ ਨੇ, ਦੂਜੇ ਪਾਸੇ ਕਈ ਵਾਰੀ ਪੇਸ਼ੈਂਟ ਨੂੰ ਇਮਿਊਨੋ ਮੋਡੂਲੇਟਰਸ ਦੇ ਦਿੱਤੇ ਜਾਂਦੇ ਨੇ ਜਿਹੜੇ ਨਹੀਂ ਦੇਣੇ ਹੁੰਦੇ। ਜੀ ਜੀ ਜੀ, ਠੀਕ ਹੈ ਸਰ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਤੇ ਲਵੈਂਡਰ ਤੁਸੀਂ ਦੱਸ ਰਹੇ ਹੋ ਇਹਨਾਂ ਨੂੰ ਕਿ ਲੈਣਾ? ਲਵੈਂਡਰ, ਸ਼ੰਖ ਪੁਸ਼ਪੀ ਐਂਡ ਵਚਾ, ਇਹ ਤਿੰਨ ਚੀਜ਼ਾਂ ਲੈ ਸਕਦੇ ਨੇ। ਲਵੈਂਡਰ ਦੇ ਫਲਾਵਰਸ ਅਪਰੋਕਸੀਮੇਟਲੀ 1 ਗ੍ਰਾਮ ਡੇਲੀ। ਤੇ ਫਲਾਵਰਸ ਨੂੰ ਲੈਂਦੇ ਕਿਸ ਤਰ੍ਹਾਂ? ਇਹਨਾਂ ਦੇ ਕੇਸ ਆਪਾਂ ਭੁੰਨ ਕੇ ਨਹੀਂ ਲੈਣੇ, ਇਹਨਾਂ ਦੇ ਕੇਸ ਆਪਾਂ ਡਾਇਰੈਕਟਲੀ ਪਾਣੀ ਦੇ ਨਾਲ ਲੈਣੇ ਨੇ। ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕੀਤੀ ਨਾ ਭੁੰਨ ਕੇ, ਇੱਕ ਟਰਾਂਸਪਲਾਂਟਡ ਔਰਗਨ ਦੇ ਕੇਸ 'ਚ ਆਪਾਂ ਘਿਓ 'ਚ ਭੁੰਨੀ ਹੋਈ ਚੀਜ਼ ਨਹੀਂ ਲੈਣੀ। ਸੋ ਇਹ ਇੰਜ ਵੀ ਲੈ ਸਕਦੇ ਹਾਂ ਬਿਲਕੁਲ ਗਰਮ ਪਾਣੀ, ਵਿਦ ਗਰਮ ਪਾਣੀ। ਠੀਕ ਹੈ, ਬਹੁਤ ਵਧੀਆ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈ ਤੁਸੀਂ ਕਾਲ ਦੁਬਾਰਾ ਕਰੋ ਹੈਲੋ ਹਾਂਜੀ ਹੈਲੋ ਹਾਂਜੀ ਕੌਣ ਬੋਲ ਰਹੇ ਹੋ ਹਾਂਜੀ ਮੈਂ ਕੁਲਵਿੰਦਰ ਬੋਲਦੀ ਹਾਂ ਕੁਲਵਿੰਦਰ ਦੱਸੋ ਕੀ ਕਹਿੰਦੇ ਹੋ ਸਵਾਲ ਪੁੱਛੋ ਆਪਣਾ ਹਾਂਜੀ ਮੇਰਾ ਆਪਰੇਟ ਹੋਇਆ ਸੀ ਹਾਂਜੀ ਇਹ ਅਗਸਤ ਵਿੱਚ ਮੈਂ ਯੋਗਾ ਬਾਰੇ ਪੁੱਛ ਰਹੀ ਹਾਂ ਕਿ ਮੈਂ 9 ਮਹੀਨੇ ਹੋਏ ਆ ਮੈਂ ਯੋਗਾ ਕਰ ਸਕਦੀ ਹਾਂ ਦੇਖੋ ਜੀ ਯੋਗਾ ਦੇ ਅੰਦਰ ਤੁਸੀਂ ਕਪਾਲ ਵਾਤੀ ਥੋੜੀ ਅਵੋਇਡ ਕਰਨੀ ਹੈ ਕਿਹੜਾ ਆਪਰੇਸ਼ਨ ਹੋਇਆ ਮੇਰਾ ਜੂਟਰਸ ਦਾ ਹੋਇਆ ਹੈ ਆਪਰੇਸ਼ਨ ਆਪਾਂ ਕਪਾਲ ਵਾਤੀ ਅਵੋਇਡ ਕਰਨੀ ਹੈ ਜੀ ਅਨਲੋਮ ਵਿਲੋਮ ਕਰ ਸਕਦੇ ਹੋ ਸੀਤਲੀ ਕਰਮ ਕਰ ਸਕਦੇ ਹੋ ਯੋਗਾ ਦੇ ਅੰਦਰ ਜਿਹੜੇ ਸਿੰਪਲ ਯੋਗਾ ਦੇ ਆਸਨਸ ਨੇ ਲਾਈਟ ਵਾਲੇ ਸ਼ਵ ਆਸਨ ਕਰ ਸਕਦੇ ਹੋ ਪਵਨ ਮੁਕਤ ਆਸਨ ਕਰ ਸਕਦੇ ਹੋ ਟਫ ਵਾਲੇ ਆਸਨ ਨਹੀਂ ਕਰਨੇ ਔਰ ਕਪਾਲ ਭਾਤੀ ਤੁਸੀਂ ਅਵੋਇਡ ਕਰਨੀ ਹੈ ਕਿਉਂਕਿ ਕਰੀਬਨ ਸਾਲ ਤੋਂ ਲੈ ਕੇ 2 ਸਾਲ ਤੱਕ ਲੱਗ ਜਾਂਦੇ ਨੇ ਇੰਟਰਨਲ ਸਟਿਚਸ ਹੀਲ ਹੋਣ ਦੇ ਵਾਸਤੇ ਠੀਕ ਹੈ ਜੀ ਹਾਂਜੀ ਅੱਛਾ 2 ਸਾਲ ਵਾਸਤੇ ਨਹੀਂ ਕਰ ਸਕਦੇ ਮੇਰੀ ਲੱਤ ਨੂੰ ਪ੍ਰੋਬਲਮ ਬਹੁਤ ਆ ਕਿ ਲੱਤ ਦੁਖਦੀ ਆ ਜਦੋਂ ਦਾ ਆਪਰੇਸ਼ਨ ਕਰਵਾਇਆ ਸੱਜੀ ਲੱਤ ਤੁਸੀਂ ਉਹਦੇ ਵਾਸਤੇ ਨਾ ਇੱਕ ਥਾਈ ਸਟਰੈਂਥਨਿੰਗ ਐਕਸਰਸਾਈਜ਼ਸ ਆਉਂਦੀਆਂ ਜੀ ਉਹਨਾਂ ਦਾ ਕੋਈ ਰਿਸਕ ਨਹੀਂ ਹੈ ਥਾਈ ਸਟਰੈਂਥਨਿੰਗ ਐਕਸਰਸਾਈਜ਼ਸ ਥਾਈਜ਼ ਦੀ ਐਕਸਰਸਾਈਜ਼ਸ ਪੈਰ ਨੂੰ ਆਪਾਂ ਸਿੱਧਾ ਕਰਕੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਲੱਤ ਕੜਾ ਕੇ ਇੱਕ ਇਹ ਜ਼ਰੂਰ ਕਰਨੀ ਹੈ ਇੱਕ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਫ਼ਤੇ 'ਚ ਇੱਕ ਵਾਰੀ ਆਪਾਂ ਥੋੜ੍ਹਾ ਜਿਹਾ ਮਿੱਠਾ ਤੇਲ ਲੈ ਲਓ ਮਿੱਠੇ ਤੇਲ 'ਚ ਥੋੜ੍ਹੀ ਸੁੰਡ ਪਾਓ ਥੋੜ੍ਹੀ ਅਜਵਾਇਣ ਪਾਓ ਉਹਨੂੰ ਸਿਮ 'ਤੇ ਰੱਖ ਲਵੋ ਅਤੇ ਉਸ ਦੇ ਅੰਦਰ ਜਦੋਂ ਸਿੱਧ ਹੋ ਜਾਂਦੀ ਜਦੋਂ ਦੋਨੋਂ ਚੀਜ਼ਾਂ ਜਲ ਜਾਂਦੀਆਂ ਨੇ ਉਸ ਤੇਲ ਦੀ ਤੁਸੀਂ ਆਪਣੀ ਥਾਈਜ਼ ਔਰ ਲੈਗਸ ਉੱਪਰ ਮਾਲਿਸ਼ ਕਰਿਆ ਕਰੋ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਇੱਕ ਮੈਂ ਸਾਈਕਲ ਜਿਵੇਂ ਸਾਈਕਲ ਹੁੰਦਾ ਇਹ ਚਲਾ ਸਕਦੀ ਹਾਂ ਬਿਲਕੁਲ ਚਲਾ ਸਕਦੇ ਹੋ ਲੇਕਿਨ ਘੱਟ ਫ੍ਰਿਕਸ਼ਨ ਕਰਕੇ ਫ੍ਰਿਕਸ਼ਨ ਜ਼ਿਆਦਾ ਨਹੀਂ ਹੋਣੀ ਚਾਹੀਦੀ ਅੱਛਾ ਜੀ ਕਿੰਨਾ ਚਿਰ ਵਾਸਤੇ ਕਿੰਨੇ ਚਿਰ ਤੋਂ ਚਲਾ ਸਕਦੀ 10 ਮਿੰਟ ਤੋਂ ਲੈ ਕੇ 20 ਮਿੰਟ ਤੱਕ ਤੁਸੀਂ ਸਾਈਕਲ ਚਲਾ ਸਕਦੇ ਹੋ ਘੱਟ ਫ੍ਰਿਕਸ਼ਨ ਨਾਲ ਫ੍ਰਿਕਸ਼ਨ ਬਹੁਤ ਜ਼ਿਆਦਾ ਨਾ ਰੱਖਣਾ ਜੀ ਅੱਛਾ ਹਾਂਜੀ ਸਿੰਪਲ ਮੋਡ ਤੇ ਪਾ ਕੇ ਉਹਨੂੰ ਹਾਂਜੀ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਸਵਾਲ ਹੋਰ ਵੀ ਆ ਰਹੇ ਹਨ ਤੁਸੀਂ ਪਲੀਜ਼ ਅਰਵਿੰਦ justbroadcasting.com ਦੇ ਉੱਤੇ ਜਾਂ ਫਿਰ ਡਾਇਰੈਕਟਲੀ ਸਪੈਸ਼ਲੀ ਇਹਨਾਂ ਡਾਕਟਰ ਨਵਦੀਪ ਤੋਂ ਕੁਐਸਚਨਸ ਹੋਣ ਡਾਕਟਰ ਮੋਨਿਕਾ ਤੋਂ ਕੁਐਸਚਨਸ ਹੋਣ ਡਾਇਰੈਕਟਲੀ ਇਹਨਾਂ ਨੂੰ ਕੰਟੈਕਟ ਕਰੋ ਤੁਸੀਂ ਯੂ ਨੋ ਨੰਬਰਸ ਅਸੀਂ ਤੁਹਾਨੂੰ ਦਿੱਤੇ ਹੈ ਐਂਡ ਅੱਜ ਇੱਥੇ ਨੇ ਡਾਕਟਰ ਸਾਹਿਬ ਕੱਲ੍ਹ ਪਰਸੋਂ ਵੀ ਇੱਥੇ ਨੇ ਨਿਊਯਾਰਕ 'ਚ ਐਂਡ 17-18 ਨੂੰ ਕੈਲੀਫੋਰਨੀਆ 'ਚ ਹੈਗੇ ਨੇ ਫ੍ਰੀ ਮੌਂਟ 'ਚ ਸੋ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰਸ ਤੁਹਾਡੇ ਕੋਲ ਨੇ ਸਾਨੂੰ ਵੀ ਕੋਈ ਈਮੇਲ ਰਾਹੀਂ ਜਾਂ ਫੇਸਬੁੱਕ ਪੇਜ ਰਾਹੀਂ ਕੰਟੈਕਟ ਹਰਕਿਰਤ ਜੀ ਦੇ ਉੱਤੇ ਵੀ ਕੋਸ਼ਿਸ਼ ਰਹੇਗੀ ਹਾਂਜੀ 7 o'clock ਯਾ ਗੁੱਡ ਰਿਮਾਈਂਡਰ ਥੈਂਕ ਯੂ ਡਾਕਟਰ ਸਾਹਿਬ ਹਰਕਿਰਤ ਜੀ ਨਾਲ ਦੁਬਾਰਾ ਬੈਠਣਗੇ ਲਾਈਵ ਸੋ ਯੂ ਕੈਨ ਯੂ ਨੋ ਜੁਆਇਨ ਹੋਰ ਵੀ ਕਿਸੇ ਦੇ ਕੁਐਸਚਨਸ ਰਹਿ ਗਏ ਹਨ ਤੇ ਡੈਫੀਨੇਟਲੀ ਤੁਸੀਂ ਉਸ ਵੇਲੇ 7 o'clock ਦੁਬਾਰਾ ਡਾਕਟਰ ਨਵਦੀਪ ਆਣਗੇ ਜੀ ਥੈਂਕ ਯੂ ਸੋ ਮਚ ਜੀ ਬਹੁਤ ਸਾਰੇ ਸਵਾਲ ਨੇ ਵਾਕਈ ਇਹ ਜਿਹੜੀ ਹੈਗੀ ਹੈ ਨਾ ਆਯੁਰਵੇਦਾ ਸਾਇੰਸ ਉਹ ਰਿਵਾਈਵ ਕਰਨ ਦੀ ਬੜੀ ਲੋੜ ਹੈ ਕਿਉਂਕਿ ਇਟ ਮੇਕਸ ਸੋ ਮਚ ਸੈਂਸ ਕਿ ਅਸੀਂ ਉਸ ਤੋਂ ਦੂਰ ਚਲੇ ਗਏ ਹਾਂ ਤਾਂ ਹੀ ਸਾਡੀਆਂ ਸਾਰੀਆਂ ਜਿਹੜੇ ਇਸ਼ੂਜ਼ ਹੈ ਵਧੇ ਹੋਏ ਹੈ ਥੈਂਕ ਯੂ ਸੋ ਮਚ ਥੈਂਕ ਯੂ ਜੀ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ